ਦੋਸਤੋ ਹਾਜ਼ਰ ਹੈ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖਿਆਨ ਪਲਗ ਦੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇੰਟਰਨੈਸ਼ਨਲ ਪੱਧਰ ਦੇ ਕਬੱਡੀ ਸਰਕਟ ਦੇ ਸੁਪਰਸਟਾਰ ਮੰਨੇ ਜਾਂਦੇ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਉਹ ਕਤਲ ਦੀ ਵਾਰਦਾਤ ਜੋ ਕਿ ਪੰਜਾਬ ਦੇ ਮੱਲੀਆਂ ਪਿੰਡ ਵਿਖੇ ਬੀਤੇ ਦਿਨ ਹੋਈ ਸਭ ਨੂੰ ਇਸ ਹੱਤਿਆकांड ਨੇ ਦਹਿਲਾ ਕੇ ਰੱਖਤਾ ਹੈ ਦੁਨੀਆ ਭਰ ਵਿੱਚ ਮਾ ਖੇਡ ਕਬੱਡੀ ਦੇ ਚਾਹਣ ਵਾਲੇ ਤੇ ਫੈਨਸ ਲਈ ਇੱਕ ਬਹੁਤ ਹੀ ਦਰਦਨਾਕ ਖਬਰ ਹੈ ਦੁਨੀਆ ਭਰ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਤੇ ਨਿਖੇਦੀ ਹੋ ਰਹੀ ਹੈ ਇਸ ਸੱਤਿਆकांड ਦੀ ਜੋ ਕਿ ਸਿੱਧੇ ਤੇ ਸਿੱਧੇ ਤਰੀਕੇ ਨਾਲ ਇੱਕ ਗੈਂਗਵਾਰ ਦਾ ਨਤੀਜਾ ਹੈ ਸਾਡੇ ਕਬੱਡੀ ਖਿਡਾਰੀ ਸਾਡੇ ਕਬੱਡੀ ਦੇ ਸੁਪਰਸਟਾਰ ਕਿਉਂ ਇਸ ਗੈਂਗਵਾਰ ਦੇ ਟਾਰਗੇਟ ਇਸ ਗੈਂਗਵਾਰ ਦੇ ਸੈਂਟਰ ਜਾਂ ਕ੍ਰਾਸਫਾਇਰ ਦੇ ਵਿੱਚ ਆਪਣੇ ਆਪ ਨੂੰ ਅੱਜ ਖੜਾ ਹੋਇਆ ਮਹਿਸੂਸ ਕਰ ਰਹੇ ਨੇ ਇਹ ਅੱਜ ਦੀ ਇਸ ਰਿਪੋਰਟ ਦਾ ਸਬਬ ਹੈ ਤੁਹਾਨੂੰ ਯਾਦ ਹੋਵੇਗਾ ਰਿਤੇਸ਼ ਲਖਿਆਨ ਪਲਗ ਨੂੰ ਤੇ ਮੈਂ ਤਕਰੀਬਨ 6 6 ਮਹੀਨੇ ਪਹਿਲੇ ਇੱਕ ਰਿਪੋਰਟ ਨਸ਼ਰ ਕੀਤੀ ਸੀ ਜਿਸ ਵਿੱਚ ਕਿ ਮੈਂ ਵਰਲਡ ਲੀਗ ਕਬੱਡੀ ਜੱਗੂ ਭਗਵਾਨਪੂਰੀਆ ਗੈਂਗਸਟਰ ਵੱਲੋਂ ਕਿਸ ਤਰੀਕੇ ਨਾਲ ਇਸ ਵਰਲਡ ਲੀਗ ਕਬੱਡੀ ਦੇ ਪਿੱਛੇ ਬੈਕਿੰਗ ਦਿੱਤੀ ਜਾਂਦੀ ਹੈ ਤੇ ਕਈ ਕਬੱਡੀ ਦੇ ਖਿਡਾਰੀਆਂ ਨੂੰ ਡਰਾਇਆ ਜਾਂਦਾ ਹੈ ਇੱਕ ਖਾਸ ਖਿਡਾਰੀ ਦੁੱਲਾ ਬੱਗਾ ਪਿੰਡ ਉੱਤੇ ਫਰਵਰੀ 2019 ਦੇ ਉਸ ਹਮਲੇ ਦੀ ਮੈਂ ਚਰਚਾ ਕੀਤੀ ਸੀ ਉਸ ਹਮਲੇ ਤੋਂ ਬਾਅਦ ਇੱਕ ਹੋਰ ਅਟੈਕ ਲਾਇਆ ਜਾਣਾ ਸੀ ਰੈਕੀ ਕਰਨ ਲਈ ਗਈ ਸੀ ਲੇਕਿਨ ਜਾਣਕਾਰੀ ਆਖਰੀ ਮੌਕੇ ਦੁੱਲਾ ਪੱਗਾ ਪਿੰਡ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਦੁੱਲਾ ਪੱਗਾ ਪਿੰਡ ਆਪਣੀ ਹਿਫਾਜ਼ਤ ਕਰ ਪਾਇਆ ਕੁਝ ਉਸਨੇ ਆਪਣੇ ਨਿੱਜੀ ਪੱਦਰ ਉੱਤੇ ਸੁਰੱਖਿਆ ਦੇ ਵਿੱਚ ਲੋਕਾਂ ਨੂੰ ਰੱਖਿਆ ਕਿਸੇ ਤਰੀਕੇ ਨਾਲ ਪੰਜਾਬ ਦੀ ਭਾਰਤ ਦੀ ਆਪਣੀ ਸਫੇਰੀ ਦੌਰਾਨ ਟੂਰਨਾਮੈਂਟ ਆਪਣੇ ਨਿਪਟਾਏ ਤੇ ਉਸ ਤੋਂ ਬਾਅਦ ਵਿਦੇਸ਼ ਵਿੱਚ ਜਾਣ ਵਿੱਚ ਕਾਮਯਾਬ ਰਿਹਾ ਲੇਕਿਨ ਇੱਕ ਬਹੁਤ ਨੇੜਲਾ ਅਟੈਕ ਹੋ ਸਕਦਾ ਸੀ ਪਹਿਲਾ ਹਮਲਾ ਦੁੱਲਾ ਬੱਗਾ ਪਿੰਡ ਉੱਤੇ ਜਦੋਂ ਫਰਵਰੀ 2019 ਵਿੱਚ ਕੀਤਾ ਜਾਂਦਾ ਹੈ ਤਾਂ ਉਸ ਦਾ ਮਕਸਦ ਉਸ ਨੂੰ ਡਰਾਉਣਾ ਹੁੰਦਾ ਹੈ ਹਮਲਾ ਕਰਨ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਜੱਗੂ ਭਗਵਾਨਪੁਰੀਆ ਗੈਂਗ ਦੇ ਲੋਕ ਹੁੰਦੇ ਨੇ ਉਸ ਦੇ ਸ਼ਾਰਪ ਸ਼ੂਟਰ ਹੁੰਦੇ ਨੇ ਤੇ ਮਕਸਦ ਸਿਰਫ ਇੱਕ ਹੁੰਦਾ ਹੈ ਵਰਲਡ ਕਬੱਡੀ ਲੀਗ ਯਾਨੀ ਕਿ ਵਰਲਡ ਲੀਗ ਕਬੱਡੀ ਉਹ ਨਵੀਂ ਫੈਡਰੇਸ਼ਨ ਕਬੱਡੀ ਦੀ ਨਵੀਂ ਲੀਗ ਜੋ ਕਿ ਹੋਂਦ ਵਿੱਚ ਉਸ ਵਕਤ ਆਈ ਸੀ ਉਸ ਨੇ ਕਬੱਡੀ ਦੇ ਇੰਟਰਨੈਸ਼ਨਲ ਟੌਪ ਦੇ ਜਿਹੜੇ ਸਿਤਾਰੇ ਸਨ ਖਿਡਾਰੀਆਂ ਰੇਡਰ ਜਾਫੀਆਂ ਨੂੰ ਆਪਣੇ ਲੀਗ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਲਿਆ ਸੀ ਜੇ ਖਿਡਾਰੀ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਨਹੀਂ ਸਨ ਹੁੰਦੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਖਿਡਾਰੀਆਂ ਨੂੰ ਡਰਾਇਆ ਜਾਂਦਾ ਸੀ ਲੋੜ ਪੈਣ ਉੱਤੇ ਇਹਨਾਂ ਕਬੱਡੀ ਖਿਡਾਰੀਆਂ ਉੱਤੇ ਫਾਇਰਿੰਗ ਵੀ ਕਰਵਾਈ ਗਈ ਤੇ ਇਹਨਾਂ ਨੂੰ ਡਰਾ ਕੇ ਆਪਣੇ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਜੱਗੂ ਭਗਵਾਨਪੂਰੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਦੀ ਉਸ ਲੀਗ ਨੇ ਕੀਤੀ ਲੇਕਿਨ ਜਿਹੜਾ ਬੀਤੇ ਦਿਨ ਹਮਲਾ ਹੋਇਆ ਹੈ ਸੰਦੀਪ ਨੰਗਲ ਅੰਬੀਆਂ ਪਿੱਛੇ ਇਹ ਹਮਲਾ ਸ਼ੁਰੂਆਤੀ ਸਟੇਜ ਦੇ ਵਿੱਚ ਕੁਝ ਅਜਿਹੇ ਫੇਕ ਪੋਸਟ ਵੀ ਪਾਏ ਗਏ ਕਿ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਕੀਤਾ ਗਿਆ ਹੈ ਕੁਝ ਲੋਕਾਂ ਦੇ ਨਾਲ ਸ਼ੁਰੂਆਤੀ ਸਟੇਜ ਦੀ ਗੱਲਬਾਤ ਉੱਤੇ ਇਹ ਵੀ ਜਲਬਾਤ ਉਬਰੀ ਕਿ ਜੱਗੂ ਭਗਵਾਨਪੂਰੀਆ ਨੇ ਇਸ ਨੂੰ ਨੁਕਸਾਨ ਪਹੁੰਚਾਇਆ ਹੋ ਸਕਦਾ ਹੈ ਲੇਕਿਨ ਇਹ ਸਾਰੀਆਂ ਗੱਲਾਂ ਬਾਤਾਂ ਰਿਐਲਿਟੀ ਤੋਂ ਕਾਫੀ ਦੂਰ ਹੈ ਗਿਆ ਨੇ ਕਿਉਂਕਿ ਜੱਗੂ ਭਗਵਾਨਪੂਰੀਏ ਦੀ ਜਿਹੜੀ ਬੈਕਿੰਗ ਵਰਲਡ ਲੀਗ ਕਬੱਡੀ ਨੂੰ ਰਹੀ ਹੈ ਤੇ ਵਰਲਡ ਲੀਗ ਕਬੱਡੀ ਲਈ ਹੀ ਸੰਦੀਪ ਨੰਗਲ ਅੰਬੀਆਂ ਨੇ ਕਾਫੀ ਵਿਆਪਕ ਪੱਤਰ ਉਤੇ ਕੰਮ ਕੀਤਾ ਤੇ ਕਬੱਡੀ ਦੇ ਜਿਹੜੇ ਬਹੁਤ ਛੋਟੀ ਦੇ ਖਿਡਾਰੀ ਸਨ ਉਹਨਾਂ ਨੂੰ ਇਸ ਲੀਗ ਦਾ ਹਿੱਸਾ ਬਣਾਇਆ ਬੀਤੇ तकरीबन 3.5 ਸਾਲਾਂ ਦੇ ਵਿੱਚ ਕਬੱਡੀ ਦੇ ਪੂਰੇ ਦੇ ਪੂਰੇ ਅੰਤਰਰਾਸ਼ਟਰੀ ਕਮੰਤਰੀ ਪੱਧਰ ਦੇ ਮਨਚਿੱਤਰ ਦੇ ਵਿੱਚ ਜਿਹੜੀ ਤਬਦੀਲੀਆਂ ਹੋਈਆਂ ਨੇ ਬਦਲਾਅ ਹੋਏ ਨੇ ਉਹ ਬਹੁਤ ਮਹੱਤਵਪੂਰਨ ਨੇ ਤੇ ਉਸ ਦੇ ਵਿੱਚ ਵਰਲਡ ਲੀਗ ਕਬੱਡੀ ਜਿਸ ਦੇ ਪਿੱਛੇ ਜੱਗੂ ਭਗਵਾਨ ਪੁਰੀਏ ਦਾ ਹੱਥ ਸੀ ਜਾਂ ਫਿਰ ਉਸ ਦਾ ਬਹੁਤ ਸਾਰਾ ਅਜੀਹਾ ਕਾਲਾ ਪੈਸਾ ਸੀ ਜੋ ਕਿ ਰੂਟ ਹੋ ਕੇ ਇਸ ਕਬੱਡੀ ਫੈਡਰੇਸ਼ਨ ਜਾਂ ਲੀਗ ਦੇ ਜ਼ਰੀਏ ਵਾਈਟ ਦੇ ਵਿੱਚ ਕਨਵਰਟ ਹੋਣਾ ਸੀ ਇੱਕ ਬਹੁਤ ਹੀ ਪ੍ਰੋਫਿਟੇਬਲ ਇਹ ਬਿਜ਼ਨਸ ਕਬੱਡੀ ਦਾ ਖੇਡ ਵੈਂਚਰ ਇੱਕ ਲੀਗ ਬਣ ਚੁੱਕੀ ਸੀ ਇਸ ਲੀਗ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਹੋ ਰਹੀ ਤਰ੍ਹਾਂ ਕੀ ਜ਼ਿਆਦਾ ਤੋਂ ਜ਼ਿਆਦਾ ਕਬੱਡੀ ਖਿਡਾਰੀਆਂ ਦਾ ਸ਼ਾਮਲ ਹੁੰਦਾ ਵਰਲਡ ਲੀ ਕਬੱਡੀ ਦੇ ਨਾਲ ਸਿਲਸਿਲਾ ਸੰਦੀਪ ਨੰਗਲ ਅੰਬੀਆਂ ਜੋ ਕਿ ਕਾਫੀ ਹੱਦ ਤੱਕ ਮੁੱਖ ਮੰਨਿਆ ਜਾਂਦਾ ਸੀਗਾ ਇੱਕ ਮੁੱਢ ਮੰਨਿਆ ਜਾਂਦਾ ਸੀਗਾ ਜਿਸ ਨੂੰ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਹੀ ਇਸ ਲੀਗ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤੇ ਬਹੁਤ ਸੇ ਖਿਡਾਰੀਆਂ ਉੱਤੇ ਇਨਫਲੂਐਂਸ ਦੇ ਜ਼ਰੀਏ ਹੀ ਇਸ ਲੀਗ ਦੇ ਵਿੱਚ ਉਸਨੇ ਬਹੁਤ ਖਿਡਾਰੀਆਂ ਨੂੰ ਸ਼ਾਮਲ ਕੀਤਾ ਸੋ ਉਹ ਸਾਰਾ ਦਾ ਸਾਰਾ ਇੱਕ ਜਿਹੜਾ ਕਲਾਊਡ ਸੀ ਸੰਦੀਪ ਨੰਗਲ ਅੰਬੀਆਂ ਦਾ ਉਹ ਖਟਕਦਾ ਪਿਆ ਸੀ ਖਟਕ ਕਿਸ ਨੂੰ ਰਿਹਾ ਸੀ ਉਜਗੂ ਭਗਵਾਨ ਪੂਰੀਆ ਤੇ ਲਾਰੈਂਸ ਬਿਸ਼ਨੋਈ ਦੇ ਜਿਹੜੇ ਵਿਰੋਧੀ ਗੈਂਗ ਹੈਗੇ ਨੇ ਵਿਰੋਧ ਦੇ ਵਿੱਚ ਕੰਮ ਕਰ ਰਹੇ ਲੜਾਈ ਸਿਰਫ ਕਬੱਡੀ ਦੀ ਨਹੀਂ ਬਲਕਿ ਪੰਜਾਬ ਦੇ ਵਿੱਚ ਜਿਹੜੀ ਸਮਗਲਿੰਗ ਹੁੰਦੀ ਹੈ ਤਸਕਰੀ ਹੁੰਦੀ ਹੈ ਨਸ਼ੇ ਦੀ ਉਸ ਪੂਰੇ ਦੇ ਪੂਰੇ ਟਰਫ ਉੱਤੇ ਕਬਜ਼ਾ ਕਰਨ ਦੀ ਵੀ ਲੜਾਈ ਹੈ ਸੋ ਇਸ ਦੇ ਵਿੱਚ ਇੱਕ ਕਲੀਅਰ ਕਟ ਗੈਂਗਵਾਰ ਸੀ ਜਿਸ ਦੇ ਵਿੱਚ ਕੀ ਲੋਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਜੋ ਕਿ ਵਰਲਡ ਲੀਗ ਕਬੱਡੀ ਨੂੰ ਸਪੋਰਟ ਪਿੱਛੋਂ ਕਰ ਰਹੇ ਸਨ ਤੇ ਸੰਦੀਪ ਨੰਗਲ ਅੰਬੀਆਂ ਵਰਗੇ ਬਹੁਤ ਅਜਿਹੇ ਖਿਡਾਰੀ ਸਨ ਜੋ ਕਿ ਇਸ ਲੀਗ ਦਾ ਹਿੱਸਾ ਬਣੇ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਏਗੀ ਮੇਰੀ ਉਹ ਰਿਪੋਰਟ ਜਿਸ ਵਿੱਚ ਕੀ ਵਰਲਡ ਲੀਗ ਕਬੱਡੀ ਦਾ ਆਧਾਰ ਜਦੋਂ ਵਧਣਾ ਸ਼ੁਰੂ ਹੁੰਦਾ ਹੈ ਤੇ ਜੱਗ ਉਹ ਭਗਵਾਨ ਪੂਰੀਆ ਸਾਮ ਦਾਮ ਦੰਡ ਭੇਦ ਦੇ ذریعے ਹਰ ਕਿਸਮ ਦਾ ਪੈਂਤੜਾ ਆਪਣਾ ਕੇ ਸਮਝਾ ਕੇ ਬਹਿਲਾ ਫਸਲਾ ਕੇ ਆਪਣੇ ਨਾਲ ਆਪਣੇ ਪੀਅਰ ਗਰੁੱਪ ਹੋਰ ਕਬੱਡੀ ਖਿਡਾਰੀਆਂ ਤੋਂ ਦਬਾ ਬਣਾ ਕੇ ਤੇ ਜੇ ਫਿਰ ਲੋੜ ਪਏ ਤਮਕਾ ਕੇ ਤੇ ਖਿਡਾਰੀਆਂ ਉੱਤੇ ਗੋਲੀਆਂ ਚਲਾ ਕੇ ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਜੋੜਦਾ ਹੈ ਇਸ ਦੀ ਸ਼ਿਕਾਇਤ ਹੈ ਇਸ ਦਾ ਜਿਹੜਾ ਰੋਸ ਹੁੰਦਾ ਹੈ ਉਹ ਹੁੰਦਾ ਹੈ ਉਹਨਾਂ ਕਬੱਡੀ ਫੈਡਰੇਸ਼ਨ ਨੂੰ ਜਿਸ ਦੇ ਵਿੱਚ ਕੀ ਸੁਰਜਨ ਛੱਠਾ ਦੀ ਨਾਰਥ ਇੰਡੀਆ ਜਿਹੜਾ ਕਬੱਡੀ ਐਸੋਸੀਏਸ਼ਨ ਹੁੰਦੀ ਹੈ ਉਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੁੰਦਾ ਕਿਉਂਕਿ ਉਸ ਫੈਡਰੇਸ਼ਨ ਐਸੋਸੀਏਸ਼ਨ ਤੋਂ ਖਿਡਾਰੀ ਟੁੱਟਨੇ ਸ਼ੁਰੂ ਹੁੰਦੇ ਨੇ ਹੋਰ ਵੀ ਕੁਝ ਫੈਡਰੇਸ਼ਨਾਂ ਤੋਂ ਖਿਡਾਰੀ ਟੁੱਟ ਕੇ ਵਰਲਡ ਲੀਗ ਕਬੱਡੀ ਦੇ ਨਾਲ ਜਾਣੇ ਸ਼ੁਰੂ ਹੋ ਰਹੇ ਹੁੰਦੇ ਨੇ ਸੋ ਇੱਕ ਮੋਨੋਪੋਲੀ ਦਾ ਮਾਡਲ ਹੁੰਦਾ ਹੈ ਜਿਸ ਨੂੰ ਕੀ ਕ੍ਰਿਮੀਨਲ ਜਾਂ ਅਪਰਾਧ ਜਗਤ ਦੇ ਨਾਲ ਜੁੜੇ ਹੋਏ ਸਰਗਨਾ ਗੈਂਗਸਟਰ ਜੱਗੂ ਭਗਵਾਨਪੁਰੀਏ ਵਰਗੇ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਮੋਨੋਪੋਲਾਈਜ਼ ਇਸ ਪੂਰੇ ਦੇ ਪੂਰੇ ਕਬੱਡੀ ਦੇ ਇੰਟਰਨੈਸ਼ਨਲ ਸਰਕਟ ਨੂੰ ਕੀਤਾ ਜਾ ਰਿਹਾ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਆਪਾਂ ਸਮਝੇ ਕਿ ਸੰਦੀਪ ਨੰਗਲ ਅੰਬੀਆਂ ਨੂੰ ਮਾਰਨ ਪਿੱਛੇ ਉਸਦੇ ਕਤਲ ਪਿੱਛੇ ਕਿਹੜੇ ਗੈਂਗਸ ਦਾ ਕਿਹੜੇ ਗੁੱਟਾਂ ਦਾ ਉਹਨਾਂ ਦੇ ਕਿਹੜੇ ਮੋਡਿਊਲਸ ਤੇ ਸਲੀਪਰ ਸੈਲਸ ਨੇ ਕਿਸ ਮੋਡਸਪ੍ਰੈਂਡਾਈ ਤਹਿਤ ਇਹ ਹੱਤਿਆ ਕਰਵਾਈ ਹੈ ਇਸ ਨੂੰ ਸਮਝਣ ਲਈ ਇਸ ਨੂੰ ਸਮਝਣ ਤੋਂ ਪਹਿਲਾਂ ਆਪਾਂ ਉਸ ਕਬੱਡੀ ਦੇ ਮਾਡਲ ਨੂੰ ਵੀ ਥੋੜਾ ਜਿਹਾ ਸਟੱਡੀ ਕਰੀਏ ਕਿਉਂਕਿ ਜ਼ਰੂਰੀ ਹੈ ਉਸ ਬੈਕਡ੍ਰੌਪ ਨੂੰ ਸਮਝਣਾ ਜਿਸ ਤਹਿਤ ਕੀ ਇਹ ਹਤਿਆ ਕਰਵਾਈ ਗਈ ਹੈ ਗੈਂਗਵਾਰ ਦੇ ਸੈਂਟਰ ਦੇ ਵਿੱਚ ਕਬੱਡੀ ਦੇ ਇਹ ਸੁਪਰਸਟਾਰ ਸਾਡਾ ਇੱਕ ਅਜੀਹਾ ਹੀਰਾ ਖਿਡਾਰੀ ಜಾਫੀ ਜਿਹੜਾ ਹੈ ਕਬੱਡੀ ਦਾ ਉਹ ਇਸ ਤਰੀਕੇ ਨਾਲ ਮਾਰਿਆ ਜਾਂਦਾ ਹੈ ਇਸ ਕਬੱਡੀ ਦਾ ਮਾਡਲ ਕਿਵੇਂ ਵਰਕ ਕਰਦਾ ਹੈ ਉਹ ਫੈਡਰੇਸ਼ਨਾਂ ਕਬੱਡੀ ਲੀਗ ਕਬੱਡੀ ਐਸੋਸੀਏਸ਼ਨ ਜਿਨ੍ਹਾਂ ਦੇ ਨਾਲ ਖਿਡਾਰੀਆਂ ਦੇ ਕਰਾਰ ਹੁੰਦੇ ਨੇ ਕੰਟਰੈਕਟ ਹੁੰਦੇ ਨੇ ਬੇਸਿਕਲੀ ਉਹਨਾਂ ਦੀ ਇਨਕਮ ਜਿਹੜੀ ਹੁੰਦੀ ਹੈ ਉਹ ਟੂਰਨਾਮੈਂਟ ਆਰਗੇਨਾਈਜ਼ਰਸ ਤੋਂ ਆਉਂਦੀ ਹੈ ਟੂਰਨਾਮੈਂਟ ਜੋ ਕਿ ਵਿਦੇਸ਼ਾਂ ਵਿੱਚ ਆਰਗੇਨਾਈਜ਼ ਕੀਤੇ ਜਾਂਦੇ ਨੇ ਕੈਨੇਡਾ ਅਮਰੀਕਾ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਦੇ ਜਿਹੜੇ ਖੇਡ ਮੁਕਾਬਲੇ ਹੁੰਦੇ ਨੇ ਭਾਰਤ ਦੇ ਵਿੱਚ ਤਾਂ ਬਹੁਤ ਹੀ ਸੀਮਿਤ ਪੱਧਰ ਉੱਤੇ ਪੈਸਾ ਇਨਵੋਲਡ ਹੈ ਲੇਕਿਨ ਵਿਦੇਸ਼ਾਂ ਦੇ ਵਿੱਚ ਇਹਨਾਂ ਟੂਰਨਾਮੈਂਟਾਂ ਤੋਂ ਇੱਕ ਚੰਗੀ ਖਾਸੀ ਕਮਾਈ ਹੈ ਚੰਗੀ ਸਪਾਂਸਰਸ਼ਿਪ ਚੰਗੀ ਕੌਂਟਰੀਬਿਊਸ਼ਨ ਤੇ ਟਿਕਟਿੰਗ ਜ਼ਰੀਏ ਇੱਕ ਮੋਟਾ ਖਾਸਾ ਪੈਸਾ ਜਿਹੜਾ ਹੈ ਉਹ ਟੂਰਨਾਮੈਂਟ ਆਰਗੇਨਾਈਜ਼ਰਸ ਕਮਾਉਂਦੇ ਨੇ ਤੇ ਉਹਨਾਂ ਵਿੱਚੋਂ ਇੱਕ ਬੜਾ ਵੱਡਾ ਹਿੱਸਾ ਇਹਨਾਂ ਫੈਡਰੇਸ਼ਨਸ ਨੂੰ ਜਾਂਦਾ ਹੈ ਫੈਡਰੇ ਉਹ ਖਿਡਾਰੀ ਹੁੰਦੇ ਨੇ ਜੋ ਕਿ ਕੰਟਰੈਕਟਸ ਦੇ ਜ਼ਰੀਏ ਉਹਨਾਂ ਦੇ ਨਾਲ ਬਾਉਂਡ ਹੁੰਦੇ ਨੇ ਅਜੇ ਤੱਕ ਅਜਿਹੀਆਂ ਦੋ ਇੱਕ ਫੈਡਰੇਸ਼ਨਾਂ ਸਨ ਸੁਰਜਨ ਛੱਠਾ ਵਾਲੀ ਫੈਡਰੇਸ਼ਨ ਤੇ ਇੱਕ ਅੱਧੀ ਹੋਰ ਫੈਡਰੇਸ਼ਨ ਜੋ ਕਿ ਜ਼ਿਆਦਾਤਰ ਕਬੱਡੀ ਖਿਡਾਰੀਆਂ ਨੂੰ ਮੈਨੇਜ ਕਰਦੀ ਸੀ ਆਪਰੇਟ ਕਰਦੀ ਸੀ ਲੇਕਿਨ 2019 ਦੇ ਆਸ-ਪਾਸ ਵਰਲਡ ਲੀਗ ਕਬੱਡੀ ਦਾ ਜਦੋਂ ਉਭਾਰ ਹੋਣਾ ਸ਼ੁਰੂ ਹੁੰਦਾ ਹੈ ਇਸ ਖੇਡ ਦੇ ਵਿੱਚ ਇੱਕ ਨਵੀਂ ਫੈਡਰੇਸ਼ਨ ਆ ਜਾਂਦੀ ਹੈ ਜਿਸ ਨੂੰ ਕਿ ਥਾਪੜਾ ਹੁੰਦਾ ਹੈ ਜੱਗੂ ਭਗਵਾਨਪੁਰਿਆ ਗੈਂਗ ਦਾ ਮੈਂ ਉਸ ਤੋਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਕਿ ਲੋਕਲ ਪੱਦਰ ਦੇ ਉੱਤੇ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹ ਇਨਵੋਲਵਮੈਂਟ ਗੈਂਗਸਟਰਾਂ ਦੀ ਹੋਣੀ ਸ਼ੁਰੂ ਹੁੰਦੀ ਹੈ ਉਹ ਜਗਰਾਉ ਮੋਗੇ ਦੇ ਇਲਾਕੇ ਚ ਹੁੰਦੀ ਹੈ ਜਿੱਥੇ ਤਰੂ ਦੌਦਰ ਰਿੰਕੂ ਬੀਲਾ ਅਤੇ ਲੈਂਬਰਡ ਸਿੱਧਵਾਂ ਵਰਗੇ ਜਿਹੜੇ ਛੋਟੇ ਲੈਵਲ ਦੇ ਗੈਂਗਸਟਰ ਹੁੰਦੇ ਨੇ ਉਹਨਾਂ ਵੱਲੋਂ ਟੂਰਨਾਮੈਂਟਾਂ ਦੇ ਵਿੱਚ ਪੈਸਾ ਲਗਾਇਆ ਜਾਂਦਾ ਹੈ ਉਹਨਾਂ ਟੂਰਨਾਮੈਂਟ ਦੇ ਵਿੱਚ ਇਹਨਾਂ ਲੋਕਾਂ ਦੀਆਂ ਤਸਵੀਰਾਂ ਲੱਗਦੀਆਂ ਰਹੀਆਂ ਇੱਕ ਛੋਟੇ ਲੈਵਲ ਦਾ ਮਾਡਲ ਸੀ ਲੇਕਿਨ ਜਗੂ ਭਗਵਾਨਪੁਰਿਆ ਨੂੰ ਜਾਦੇ ਮਾਡਲ ਸਮਝ ਵਿੱਚ ਆਇਆ ਉਸ ਨੇ ਇਸ ਨੂੰ ਕਾਫੀ ਵੱਡੇ ਪੱਧਰ ਉੱਤੇ ਫੈਲਾ ਦਿੱਤਾ ਕਮੰਟਰੀ ਪੱਧਰ ਉਤੇ ਇੰਟਰਨੈਸ਼ਨਲ ਸਰਕਟ ਉਤੇ ਹੀ ਜਾਂ ਉਹਨਾਂ ਚੈਨਲ ਦੇ ذریعے ਹੀ ਇਹ ਜਿਹੜੇ ਕਬੱਡੀ ਖਿਡਾਰੀ ਨੇ ਕੋਈ ਇੰਗਲੈਂਡ ਤੋਂ ਹੈ ਕੋਈ ਅਮਰੀਕਾ ਤੋਂ ਹੈ ਕੋਈ ਕੈਨੇਡਾ ਵਿੱਚ ਵੱਸਿਆ ਹੋਇਆ ਹੈ ਉਹਨਾਂ ਉੱਤੇ ਦਬਾਅ ਪਾਉਣ ਦਾ ਇੱਕ ਐਸਾ ਹੱਤਕੰਡਾ ਜਿਸ ਨੂੰ ਕਿ ਬਹੁਤ ਹੀ ਕਾਮਯਾਬੀ ਦੇ ਨਾਲ ਜੱਗੂ ਭਗਵਾਨ ਪੁਰੀਆ ਨੇ ਐਪਲਾਈ ਕੀਤਾ ਲੇਕਿਨ ਜ਼ਿਆਦਾਤਰ ਜਿਹੜੇ ਖਿਡਾਰੀ ਸੀ ਉਸ ਦੇ ਨਾਲ ਜੁੜਤਾ ਜ਼ਰੂਰ ਗਏ ਲੇਕਿਨ ਉਹਨਾਂ ਦੇ ਵਿੱਚੋਂ ਸੰਦੀਪ ਨੰਗਲ ਅੰਬੀਆਂ ਸਮੇਤ ਬਹੁਤ ਅਜਿਹੇ ਖਿਡਾਰੀ ਸਨ ਜੋ ਕਿ ਮਜਬੂਰੀ ਦੇ ਵਿੱਚ ਇਸ ਕਬੱਡੀ ਲੀਗ ਦੇ ਨਾਲ ਜੁੜਨ ਲਈ ਲਾਚਾਰ ਸਨ ਗੁੱਸਾ ਸੀ ਰੋਸੀ ਤੇ ਸੁਰਜਨ ਛੱਠਾ ਹੋਣਾ ਦੀ ਜਿਹੜੀ ਕਬੱਡੀ ਦੀ ਫੈਡਰੇਸ਼ਨ ਸੀ ਐਸੋਸੀਏਸ਼ਨ ਸੀ ਉਸ ਨੇ ਸ਼ਿਕਾਇਤਾਂ ਕੀਤੀਆਂ ਤੁਹਾਨੂੰ ਯਾਦ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਨੇ ਕਬੱਡੀ ਖਿਡਾਰੀਆਂ ਉੱਤੇ ਦਬਾਅ ਪਾਉਣ ਦੇ ਜਿਹੜੇ ਇਲਜ਼ਾਮ ਜੱਗੂ ਭਗਵਾਨਪੂਰੀ ਉੱਤੇ ਲਾਏ ਕਿਉਂਕਿ ਜੱਗੂ ਭਗਵਾਨਪੂਰੀ ਦੇ ਲਿੰਕ ਨੂੰ ਸੁਖੀ ਰੰਦਾਵਾ ਦੇ ਨਾਲ ਐਸਟੈਬਲਿਸ਼ ਕਰਨਾ ਸੀ ਤਾਂ ਉਹ ਪ੍ਰੈਸ ਕਾਨਫਰੰਸਾਂ ਹੋਈਆਂ ਫੈਡਰੇਸ਼ਨ ਨੇ ਜਾ ਕੇ ਉੱਚੇਚੇ ਤੌਰ ਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਉਸ ਵਕਤ ਹੋਇਆ ਕਰਦੇ ਸਨ ਉਹਨਾਂ ਨੂੰ ਲਿਖ ਕੇ ਇੱਕ ਲਿਖਤੀ ਮੰਗ ਪੱਤਰ ਦਿੱਤਾ ਵਰਲਡ ਲੀਗ ਕਬੱਡੀ ਦੇ ਬੈਕਿੰਗ ਦੇ ਉੱਤੇ ਜੱਗੂ ਭਗਵਾਨਪੂਰੀਆ ਤੇ ਉਸ ਵੱਲੋਂ ਕਬੱਡੀ ਦੇ ਖਿਡਾਰੀਆਂ ਉੱਤੇ ਦਬਾਅ ਪਾਣਾ ਉਹਨਾਂ ਨੂੰ ਆਪਣੇ ਨਾਲ ਖੇਡਣ ਲਈ ਆਪਣੀ ਲੀਗ ਦੇ ਨਾਲ ਕੰਟਰੈਕਟ ਕਰਨ ਲਈ ਮਜਬੂਰ ਕਰਨਾ ਤੇ ਫਿਰ ਜੇ ਲੋੜ ਪ ਹਮਲੇ ਕਰਵਾਣਾ ਇਸ ਤਰੀਕੇ ਦੇ ਸਾਰੇ ਗੰਭੀਰ ਦੋਸ਼ਣ ਉਸ ਉਪਰ ਲੱਗਦੇ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਵੀ ਗਠਨ ਹੋਇਆ ਸੀਗਾ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਅਜੇ ਤੱਕ ਉਸ ਰਿਪੋਰਟ ਦਾ ਜਾਂ ਉਸ ਟੀਮ ਨੇ ਖੱਟਿਆ ਕੀ ਜਾਂ ਕੱਢਿਆ ਕਿ ਐਸਸੀ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੇਕਿਨ ਮਾਰਚ 15 ਨੂੰ ਜੋ ਮੱਲੀਆਂ ਪਿੰਡ ਵਿਖੇ ਹੋਇਆ ਉਸ ਨੇ ਸਵਾਲ ਖੜੇ ਕੀਤੇ ਨੇ ਇੱਕ ਵਾਰ ਫੇਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਟੀਲੀ ਕਾਰਗੁਜ਼ਾਰੀ ਖਤਰੇ ਦੀਆਂ ਘੰਟੀਆਂ ਦਾ 2019 ਦੇ ਵਿੱਚ ਖੜਕ ਰਹੀਆਂ ਸਨ ਇਹ ਨਜ਼ਰ ਆ ਰਿਹਾ ਸੀ ਕਿ ਵਰਲਡ ਲੀਗ ਕਬੱਡੀ ਜੱਗੂ ਭਗਵਾਨ ਪੂਰੀਆ ਦੀ ਉਹ ਲੀਗ ਦੇ ਨਾਲ ਜੁੜਨ ਬਾਰੇ ਖਿਡਾਰੀਆਂ ਉੱਤੇ ਪ੍ਰੈਸ਼ਰ ਹੈ ਜਿਹੜੇ ਖਿਡਾਰੀ ਉਹਨਾਂ ਦੇ ਨਾਲ ਨਹੀਂ ਜੁੜਦੇ ਉਹਨਾਂ ਉੱਤੇ ਪ੍ਰੈਸ਼ਰ ਹੈ ਜਿਹੜੇ ਜੁੜ ਕੇ ਉਸ ਲੀਗ ਦੇ ਨਾਲ ਮੈਚ ਵੀ ਖੇਡ ਰਹੇ ਨੇ ਉਹ ਵੀ ਇੱਕ ਦਬਾਅ ਦੇ ਹੇਠ ਖੇਡ ਰਹੇ ਨੇ ਲੇਕਿਨ ਇਸ ਤਿਥੀ ਦੇ ਵਿੱਚ ਜੱਗੂ ਤੇ ਲਾਰੈਂਸ ਬਿਸ਼ਨੋਈ ਦਾ ਜਿਹੜਾ ਵਿਰੋਧੀ ਗੁੱਟ ਹੈ ਵਿਰੋਧੀ ਜਿਹੜੇ ਗੈਂਗ ਹੈਗੇ ਨੇ ਉਹ ਐਕਟਿਵ ਹੁੰਦੇ ਨੇ ਉਹਨਾਂ ਨੂੰ ਸਮਝ ਆਉਂਦਾ ਹੈ ਕਿ ਹੁਣ ਉਹਨਾਂ ਸੌਫਟ ਟਾਰਗੇਟਸ ਨੂੰ ਮੈਂ ਪਹਿਲਾਂ ਵੀ ਇੱਕ ਰਿਪੋਰਟ ਚਾਰ-ਪੰਜ ਦਿਨ ਪਹਿਲਾਂ ਕੀਤੀ ਹੈ ਜਿਸ ਵਿੱਚ ਕਿ ਮੈਂ ਜ਼ਿਕਰ ਕੀਤਾ ਸੀ ਕਿ ਜਿਹੜੀ ਗੈਂਗ ਵਾਰਸ ਹੋ ਰਹੀਆਂ ਨੇ ਉਸ ਦੇ ਵਿੱਚ ਇਹਨਾਂ ਗੈਂਗਸ ਦੇ ਲਿਹਾਜੀ ਜਾਂ ਲਿਹਾਜਦਾਰਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਉਹ ਲੋਕ ਜੋ ਕਿ ਸਟੂਡੈਂਟ ਲੀਡਰ ਰਹੇ ਨੇ ਚਾਹੇ ਵੀ ਕਿ ਮਿੱਡੂ ਖੇੜਾ ਸੀ ਉਸ ਤੋਂ ਪਹਿਲਾਂ ਰਵੀ ਖਵਾਜ ਕੇ ਸੀਗੇ ਹੋਰ ਬਥੇਰੇ ਅਜਿਹੇ ਜੋ ਸੌਫਟ ਟਾਰਗੇਟ ਸਨ ਗੁਰਲਾਲ ਬਰਾੜ ਵਰਗੇ ਗੁਰਲਾਲ ਪਲਵਾਨ ਵਰਗੇ ਇਹ ਜਿੰਨੇ ਵੀ ਲੋਕ ਸਨ ਇਹ ਖੁਦ ਗੈਂਗਸਟਰ ਨਹੀਂ ਸਨ ਅੰਡਰਵਰਲਡ ਦੇ ਨਾਲ ਇਹਨਾਂ ਦਾ ਉਹਨਾਂ ਗਤੀਵਿਧੀਆਂ ਦੇ ਵਿੱਚ ਵੀ ਉਸ ਤਰੀਕੇ ਦਾ ਲੈਣਾ ਦੇਣਾ ਉਸ ਪੱਧਰ ਉੱਤੇ ਨਹੀਂ ਸੀ ਕਿਉਂਕਿ ਪਬਲਿਕ ਦੇ ਵਿੱਚ ਇਹ ਲੋਕ ਰਹਿ ਰਹੇ ਸਨ ਵਾਈਟ ਦੇ ਵਿੱਚ ਇਹਨਾਂ ਦੇ ਕੰਮ ਧੰਦੇ ਸਨ ਲੇਕਿਨ ਇਹਨਾਂ ਨੂੰ ਨਿਸ਼ਾਨਾ ਸਿਰਫ ਇਹਨਾਂ ਦੇ ਸੌਫਟ ਟਾਰਗੇਟ ਹੋਣ ਦੀ ਵਜ੍ਹਾ ਨਾਲ ਬਣਾਇਆ ਗਿਆ ਇੱਕ ਦੂਸਰੇ ਦੇ ਵਿਰੋਧੀ ਗੈਂਗਸ ਨੇ ਇਹਨਾਂ ਨੂੰ ਚਾਨਾ ਇਹ ਸੋਚ ਕੇ ਇਸ ਮਾਨਸਿਕਤਾ ਦੇ ਨਾਲ ਬਣਾਇਆ ਕਿ ਇਹ ਸਾਡੇ ਵਿਰੋਧੀ ਗੈਂਗ ਨੂੰ ਬਾਹਰ ਰੱਖ ਕੇ ਓਵਰਗਰਾਉਂਡ ਰਹਿ ਕੇ ਉਹ ਮਦਦ ਤੇ ਰਸਦ ਪਹੁੰਚਾ ਰਿਹਾ ਤੇ ਇਸੇ ਲੜੀ ਦੇ ਵਿੱਚ ਇਸੇ ਲੜੀ ਦੇ ਤਹਿਤ ਆਪਾਂ ਦੇਖਾਂਗੇ ਸੰਦੀਪ ਨੰਗਲ ਅੰਬੀਆਂ ਨੂੰ ਕਿਉਂਕਿ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਕਦ ਸੀ ਕਬੱਡੀ ਦੇ ਜਗਤ ਦੇ ਵਿੱਚ ਬਹੁਤ ਉੱਚਾ ਸੀ ਉਹ ਦੁਨੀਆ ਦੇ ਚੋਟੀ ਦੇ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਤੇ ਉਸ ਦਾ ਜਿਹੜਾ ਕਲਾਉਡ ਸੀ ਵਰਲਡ ਲੀਗ ਕਬੱਡੀ ਦਾ ਜਿਹੜਾ ਆਧਾਰ ਸੀ ਉਸ ਨੂੰ ਖੜਾ ਕਰਨ ਤੇ ਉਸ ਨੂੰ ਸੰਚਾਲਿਤ ਕਰਨ ਉਸ ਆਪਰੇਸ਼ਨ ਨੂੰ ਮੈਨੇਜ ਕਰਨਾ ਕਬੱਡੀ ਦੇ ਖਿਡਾਰੀਆਂ ਨੂੰ ਆਪਣੇ ਨਾਂ ਲੈ ਕੇ ਚੱਲਣਾ ਇੱਕ ਅਜਿਹੇ ਬਿਜ਼ਨਸ ਮਾਡਲ ਨੂੰ ਅੱਗੇ ਲੈ ਕੇ ਤੁਰਦਾ ਪਿਆ ਸੀ ਜੁਕੇਂਦਰ ਲੇ ਖਾਤੇ ਜੱਗੂ ਭਗਵਾਨ ਪੁਰੀਏ ਦੀ ਲੀਗ ਨੂੰ ਅਰੇ ਅਸੀਂ ਇੱਕ ਬੜਾ ਵੱਡਾ ਮੋੜ ਇੱਕ ਬੜਾ ਵੱਡਾ ਆਧਾਰ ਸੀ ਸੰਦੀਪ ਨੰਗਲ ਅੰਬੀਆਂ ਸੋ ਉਸ ਨੂੰ ਨਿਸ਼ਾਨਾ ਬਣਾਉਂ ਉਸ ਨੂੰ ਮਾਰਨ ਦੇ ਪਿੱਛੇ ਹੋਰ ਕਿਹੜਾ ਗੈਂਗ ਹੋ ਸਕਦਾ ਉਹ ਸਾਰੇ ਵਿਰੋਧੀ ਗੈਂਗ ਜੋ ਕਿ ਜਗੂ ਭਗਵਾਨਪੁਰੀਆ ਜਾਂ ਲਾਰੈਂਸ ਬਿਸ਼ਨੋਈ ਦੀ ਲੀਗ ਦੇ ਖਿਲਾਫ ਨੇ ਸਿਰਫ ਕਬੱਡੀ ਲੀਗ ਦੀ ਗੱਲ ਨਹੀਂ ਕਰ ਰਿਹਾ ਬਲਕਿ ਮੈਂ ਉਸ ਲੀਗ ਦੀ ਗੱਲ ਕਰ ਰਿਹਾ ਜੋ ਕਿ ਅੰਡਰਵਰਲਡ ਦੇ ਸਰਕਟ ਉਤੇ ਇਸ ਵਕਤ ਇਸ ਨਾਰਥ ਇੰਡੀਆ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਉਤੇ ਆਪਣਾ ਕੰਮ ਧੰਦਾ ਕਰ ਰਹੀ ਹੈ ਇਹਨਾਂ ਦਾ ਕੰਮ ਧੰਦਾ ਕੀ ਹੁੰਦਾ ਹੈ ਐਕਸਟਰਸ਼ਨ ਦਾ ਬਿਜ਼ਨਸ ਹੁੰਦਾ ਹੈ ਡਰੱਗਸ ਦੀ ਸਮਕਲਿੰਗ ਹੁੰਦੀ ਹੈ ਇਹ ਸਭ ਕੁਝ ਹੁੰਦਾ ਪਿਆ ਹੈਗਾ ਇਸ ਵਕਤ ਪੰਜਾਬ ਸਮੇਤ ਹਰਿਆਣਾ ਦਿੱਲੀ ਆਊਟਰ ਦਿੱਲੀ ਰਾਜਸਥਾਨ ਦੇ ਵਿੱਚ ਲੋਰੈਂਸ ਭਗਵਾਨਪੂਰੀਆ ਅਤੇ ਕਾਲਾ ਜਠੇੜੀ ਗੈਂਗ ਦੀ ਵਿਰੋਧੀ ਜਿਹੜੀ ਲੀਗ ਹੈ ਉਸ ਦੇ ਵਿੱਚ ਆਂਦੇ ਨੇ ਨੀਰਜ ਭਵਾਨਾ ਟਿੱਲੂ ਤਾਜਪੁਰੀਆ ਤੇ ਹੋਰ ਬਥੇਰੇ ਅਜਿਹੇ ਗੈਂਗ ਪੰਜਾਬ ਦੇ ਵਿੱਚ ਸੁਖਪ੍ਰੀਤ ਬੁੱਢਾ ਸਿਮਾ ਸੇਖੋਂ ਵਰਗੇ ਅਜਿਹੇ ਗੈਂਗਸਟਰ ਜੋ ਕਿ ਜੇਲ੍ਹਾਂ ਦੇ ਵਿੱਚ ਬੰਦ ਨੇ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਵੀ ਉਸ ਸਰਕਟ ਨੂੰ ਆਪਰੇਟ ਕਰ ਰਿਹਾ ਸੋ ਇਹ ਜਿਹੜਾ ਸੰਦੀਪ ਨੰਗਲ ਅੰਬੀਆਂ ਦਾ ਹਤਿਆਕਾਂਡ ਹੈ ਜਿਹੜਾ ਕਤਲ ਹੈ ਇਸ ਨੂੰ ਕਿਹੜੇ ਸਲੀਪਰ ਸੈਲਜ਼ ਵੱਲੋਂ ਕਰਵਾਇਆ ਗਿਆ ਕਿਹੜੇ ਮੋਡਿਊਲਸ ਵੱਲੋਂ ਕਰਾਇਆ ਗਿਆ ਇਹ ਮੰਨਿਆ ਗਿਆ ਕਿ ਤਕਰੀਬਨ 4 ਅਜਿਹੇ ਹਮਲਾਵਰ ਜਾਂ ਸ਼ੂਟਰ ਰਹੇ ਹੋ ਸਕਦੇ ਨੇ ਜੋ ਕਿ ਆਪਣੇ ਇੱਕ ਪ੍ਰਾਈਵੇਟ ਵਹੀਕਲ ਦੇ ਵਿੱਚ ਆਂਦੇ ਨੇ ਗੋਲੀਆਂ ਚਲਾਣ ਦੇ ਨੇ ਤੇ ਨਾਲ ਕੁਲ ਅਸਲਾ ਇਟਾ ਜ਼ਿਆਦਾ ਸੀ ਕਿਉਂਕਿ ਉਸ ਵਕਤ ਇਸ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਕਬੱਡੀ ਖਿਡਾਰੀ ਸਨ ਮਜ਼ਬੂਤ ਤਗੜੇ ਖਿਡਾਰੀ ਸਨ ਲੇਕਿਨ ਕੀ ਕੌਨਫੀਡੈਂਸੀ ਕੀ ਚਾਰ ਸ਼ੂਟਰ ਆਪਣੇ ਹਥਿਆਰ ਲੈ ਕੇ ਇਸ ਸਪੀਡ ਦੇ ਵਿੱਚ ਵੜਦੇ ਨੇ ਦੱਸਿਆ ਜਾਂਦਾ ਹੈ ਕਿ ਜਦੋਂ ਸੰਦੀਪ ਨੰਗਲ ਅੰਬੀਆਂ ਕਿਸੇ ਆਪਣੇ ਹੋਰ ਸਾਥੀ ਨੂੰ ਸਨਮਾਨ ਮਿਲਣ ਤੋਂ ਬਾਅਦ ਉਸ ਨੂੰ ਗਰਾਊਂਡ ਤੋਂ ਬਾਹਰ ਲੈ ਕੇ ਛੱਡਣ ਜਾਂਦੇ ਨੇ ਤਾਂ ਉਸ ਵਕਤ ਇਹ ਗੈਂਗਸਟਰਜ਼ ਉਹਨਾਂ ਨੂੰ ਤਾੜਦੇ ਨੇ ਉੱਥੇ ਥੋੜੀ ਮਾਰਕੁੱਟ ਵੀ ਹੁੰਦੀ ਹੈ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਗੁੱਟ ਵੀ ਇਹਨਾਂ ਦੇ ਵਿੱਚੋਂ ਕੁਝ ਗੈਂਗਸਟਰ ਨੇ ਫੜਿਆ ਜਿਸ ਤੋਂ ਬਾਅਦ ਕਿ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾਂਦਾ ਹੈ ਕਿ ਸੰਦੀਪ ਨੰਗਲ ਅੰਬੀ ਅੰਬੀਆਂ ਦੇ ਜਿਹੜੇ ਬੈਕ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਕਈ ਗੋਲੀਆਂ ਮਾਰੀਆਂ ਗਈਆਂ ਤਕਰੀਬਨ 20-22 ਦੇ ਆਸ-ਪਾਸ ਗੋਲੀਆਂ ਉਸ ਵਕਤ ਨੰਗਲ ਅੰਬੀਆਂ ਨੂੰ ਵੱਜੀਆਂ ਨੇ ਇਸ ਦੌਰਾਨ ਗੋਲੀਆਂ ਹੋਰ ਪਾਸੇ ਵੀ ਚਲੀਆਂ ਇੱਕ ਹੋਰ ਸਾਥੀ ਵੀ ਫੱਟੜ ਹੋਇਆ ਤੇ ਇਹ ਜਿਹੜੀ ਘਟਨਾ ਹੈ ਹੋਰ ਵੱਡੀ ਘਟਨਾ ਹੁੰਦੀ ਜੇ ਇਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹਾਲਾਂਕਿ ਹਥਿਆਰ ਜਿਹੜੇ ਕਬੱਡੀ ਦੇ ਖਿਡਾਰੀ ਉਸ ਵਕ ਮੌਜੂ ਸਨ ਇਹ ਮੰਨਿਆ ਨਹੀਂ ਜਾ ਰਿਹਾ ਵੀ ਉਹਨਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਕੋਲ ਸਨ ਲੇਕਿਨ ਜੇ ਕਿਤੇ ਕੁਝ ਲੋਕਾਂ ਨੇ ਪਿੰਡ ਵਾਸੀਆਂ ਨੇ ਸਮਝਿਆ ਹੁੰਦਾ ਕਿ ਲੋਕਾਂ ਨੂੰ ਕੈਪਚਰ ਕਰ ਲਿਆ ਜਾਏ ਇਹਨਾਂ ਨੂੰ ਫੜ ਲਿਆ ਜਾਏ ਉਸ ਹਾਲਾਤ ਦੇ ਵਿੱਚ ਇਹ ਖੂਨ ਖਰਾਬਾ ਜ਼ਿਆਦਾ ਵੱਧ ਸਕਦਾ ਸੀ ਕਿਉਂਕਿ ਇਹ ਡਾਇਰੈਕਟਲੀ ਇੱਕ ਹਿੱਟ ਸੀ ਇੱਕ ਸੁਪਾਰੀ ਕਿਲਿੰਗ ਸੀ ਮੈਂ ਇਸ ਨੂੰ ਸੁਪਾਰੀ ਕਿਲਿੰਗ ਇਸ ਵਾਸਤੇ ਕਹਿ ਰਿਹਾ ਕਿ ਠੀਕ ਉਸੇ ਤਰੀਕੇ ਨਾਲ ਜਿਵੇਂ ਵਿੱਕੀ ਮਿੱਡੂ ਖੇੜਾ ਦੇ ਉੱਤੇ ਹਮਲਾ ਕੀਤਾ ਗਿਆ ਇੱਕ ਤਾਰਾਦਰ ਸ਼ੂਟਰ ਅਜੇਹਾ ਹੈ ਜੋ ਕਿ ਲੰਬੇ ਕੱਦ ਦਾ ਖੱਬੇ ਹੱਥ ਦਾ ਸ਼ੂਟਰ ਹੈ ਜਿਸਨੇ ਕਿ ਵੀ ਮੋਡੂ ਖੇੜਾ ਉੱਤੇ ਵੀ ਗੋਲੀਆਂ ਚਲਾਈਆਂ ਹੋ ਸਕਦੀਆਂ ਨੇ ਸੋ ਇਸ ਤਸਵੀਰਾਂ ਦੇ ਵਿੱਚ ਵੀ ਜਿਹੜਾ ਇੱਕ ਸ਼ੂਟਰ ਨਜ਼ਰ ਆ ਰਿਹਾ ਹੈ ਉਹ ਵੀ ਤਕਰੀਬਨ 6 ਸਵਾ 6 ਫੁੱਟ ਦੀ ਹਾਈਟ ਦਾ ਹੈ ਤੇ ਖੱਬੇ ਹੱਥ ਦੇ ਨਾਲ ਹੀ ਉਹ ਫਾਇਰਿੰਗ ਲਗਾਤਾਰ ਕਰਦਾ ਹੋਇਆ ਜਦੋਂ ਭੱਜਦੇ ਪਏ ਨੇ ਇਸ ਵਾਰਦਾਤ ਦੀ ਥਾਂ ਤੋਂ ਉਸ ਵਕਤ ਨਜ਼ਰ ਆ ਰਿਹਾ ਹੈ ਸੋ ਇਹ ਉਹੀ ਸਲੀਪਰ ਸੈਲ ਜਾਂ ਮੋਡਿਊਲ ਹੈਗੇ ਨੇ ਜਿਨ੍ਹਾਂ ਨੂੰ ਕਿ ਵਰਤ ਕੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਜਿਹੜੇ ਵਿਰੋਧੀ ਗੈਂਗਸ ਹੈਗੇ ਨੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇਸ ਪੂਰੀ ਦੀ ਪੂਰੀ ਵਾਰਦਾਤ ਦੇ ਵਿੱਚ ਨਿਸ਼ਾਨਾ ਸੰਦੀਪ ਨੰਗਲ ਅੰਬੀਆਂ ਨਹੀਂ ਸੀ ਉਸ ਦੀ ਮੌਤ ਹੋਣਾ ਇੱਕ ਕੜੀ ਦੇ ਰੂਪ ਵਿੱਚ ਇੱਕ ਮੋਹਰੇ ਦੇ ਰੂਪ ਵਿੱਚ ਇੱਕ ਵੱਖਰਾ ਐਸਪੈਕਟ ਹੈ ਕਬੱਡੀ ਦੇ ਨਾਲ ਜੁੜੇ ਹੋਏ ਲੋਕ ਜੋ ਕਿ ਮਾ ਖੇਡ ਕਬੱਡੀ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਲਈ ਇਹ ਜਿਹੜਾ ਨਾ ਪੂਰਾ ਹੋਣ ਵਾਲਾ ਕਾਟਾ ਹੈ ਅਸੀਂ ਇਸ ਨੂੰ ਇੱਕ ਬਹੁਤ ਹੀ ਇਮੋਸ਼ਨਲ ਨਜ਼ਰ ਤੋਂ ਵੇਖਦੇ ਹਾਂ ਲੇਕਿਨ ਜਿਹੜੇ ਮਾਰਨ ਵਾਲੇ ਹਮਲਾਵਰ ਸਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਕਿਸ ਨੇ ਭੇਜਿਆ ਕਿਸਦੇ ਇਸ਼ਾਰੇ ਉੱਤੇ ਇਹ ਹਿੱਟ ਕੀਤੀ ਗਈ ਹੈ ਜੈਨਿਕ ਜਾਣਕਾਰੀ ਹਜੇ ਤੱਕ ਅੰਦਰਲੇ ਸੂਤਰਾਂ ਤੋਂ ਮਿਲਦੀ ਆ ਰਹੀ ਹੈ ਉਸ ਦੇ ਮੁਤਾਬਕ ਇਹ ਜਿਹੜੇ ਸ਼ੂਟਰ ਭੇਜੇ ਗਏ ਨੇ ਇਹ ਕਿਸੇ ਅਜਿਹੇ ਸਲੀਪਰ ਸੈੱਲ ਦਾ ਹਿੱਸਾ ਹੋ ਸਕਦੇ ਨੇ ਜਿਨ੍ਹਾਂ ਦੇ ਆਪਰੇਟਰ ਦੁਬਈ ਤੇ ਥਾਈਲੈਂਡ ਦੇ ਦੇਸ਼ਾਂ ਦੇ ਵਿੱਚੋਂ ਬੈਠ ਕੇ ਇਹਨਾਂ ਨੂੰ ਹੈਂਡਲ ਕਰ ਰਹੇ ਹੋ ਸਕਦੇ ਨੇ ਜਿਹੜੇ ਗੈਂਗਸ ਯਾਨੀ ਕਿ ਚੱਗੂ ਭਗਵਾਨਪੁਰਿਆ ਤੇ ਬਿਸ਼ਨੋਈ ਗੈਂਗ ਦੇ ਜਿਹੜੇ ਵਿਰੋਧੀ ਗੈਂਗ ਨੇ ਵਿਰੋਧੀ ਇੱਕ ਮਾਫੀਆ ਹੈਗਾ ਜੋ ਕਿ ਆਊਟਰ ਦਿੱਲੀ ਦੇ ਵਿੱਚ ਜ਼ਿਆਦਾ ਐਕਟਿਵ ਹੈ ਹੁਣ ਪੰਜਾਬ ਦੇ ਵਿੱਚ ਆਫਲੇਟ ਵਾਰਦਾਤਾਂ ਦੇ ਵਿੱਚ ਇਹਨਾਂ ਦੇ ਹਰਿਆਣਾ ਬੇਸ ਸ਼ੂਟਰਾਂ ਦੀ ਜ਼ਿਆਦਾ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਕਿਉਂਕਿ ਬਹੁਤ ਸੇ ਕੇਸਾਂ ਦੇ ਵਿੱਚ ਗੇ ਜੇਲ੍ਹ ਦੇ ਵਿੱਚ ਬੰਦ ਇਹਨਾਂ ਗੈਂਗਸਟਰਸ ਨੂੰ ਵੀ ਨਹੀਂ ਪਤਾ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਹੈਂਡਲਰਸ ਨੇ ਉਹ ਕਿਸ ਤਰੀਕੇ ਨਾਲ ਆਪਰੇਟ ਕਰ ਰਹੇ ਨੇ ਬੇਸ਼ੱਕ ਇਹਨਾਂ ਗੈਂਗਸ ਦੇ ਨਾਲ ਜੁੜੇ ਹੋਏ ਨੇ ਲੇਕਿਨ ਉਹਨਾਂ ਨੇ ਕਿਹੜੇ ਸ਼ੂਟਰ ਹਾਇਰ ਕਰ ਰਹੇ ਨੇ ਸ਼ੂਟਰਾਂ ਨੂੰ ਇਹ ਨਹੀਂ ਉਹ ਚੱਕਣਾ ਹੈ ਅਸਲਾ ਜਿਹੜਾ ਪੰਜਾਬ ਦੇ ਵਿੱਚ ਬੀਤੇ ਕੁਝ ਮਹੀਨਿਆਂ ਦੇ ਵਿੱਚ ਕੁਝ ਗ੍ਰੇਨੇਡ ਫੜੇ ਗਏ ਪਿਸਤੋਲਾਂ ਵਗੈਰਾ ਫੜੀਆਂ ਗਈਆਂ ਉਹ ਇਸੇ ਤਰੀਕੇ ਦੀ ਵਾਰਦਾਤਾਂ ਦੇ ਵਿੱਚ ਵਰਤੀਆਂ ਜਾਂਦੀਆਂ ਸਾਨੂੰ ਸਾਨੂੰ ਯਾਦ ਹੋਵੇਗਾ ਚੋਣਾਂ ਤੋਂ ਪਹਿਲਾਂ ਬਹੁਤ ਅਜੀਹੀਆਂ ਘਟਨਾਵਾਂ ਹੋਈਆਂ ਬਹੁਤ ਅਜੀਹੀਆਂ ਰਿਕਵਰੀਆਂ ਹੋਈਆਂ ਸਰਹੱਦੋਂ ਪਾਰ ਪਾਕਿਸਤਾਨ ਤੋਂ ਬਹੁਤ ਅਜੀਹਾ ਅਸਲਾ ਆਉਂਦਾ ਹੈ ਜਿਸ ਦੇ ਬਾਰੇ ਪਤਾ ਨਹੀਂ ਹੁੰਦਾ ਬਾਅਦ ਦੇ ਵਿੱਚ ਜਿਹੜੇ ਸ਼ੂਟਰ ਹੁੰਦੇ ਨੇ ਜਾਂ ਹੈਂਡਲਰਸ ਹੁੰਦੇ ਨੇ ਉਹਨਾਂ ਨੂੰ ਥਾਂ ਦੱਸਤੀ ਜਾਂਦੀ ਹੈ ਨਿਸ਼ਾਨਦੇਹੀ ਕਰਤੀ ਜਾਂਦੀ ਹੈ ਜਿੱਥੋਂ ਜਾ ਕੇ ਉਹ ਅਸਲਾ ਚੱਕਦੇ ਨੇ ਯਾਨੀ ਕਿ ਹਥਿਆਰ ਵਗੈਰਾ ਚੱਕ ਲੈਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹਥਿਆਰ ਉੱਥੇ ਕਿਸ ਨੇ ਰੱਖਿਆ ਹੈ ਸੋ ਉਹਨਾਂ ਨੂੰ ਜੇ ਪੁੱਛ ਫੜ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਜਾਣਕਾਰੀ ਬੜੀ ਸੀਮਤ ਹੁੰਦੀ ਹੈ ਕਦੇ ਵੀ ਪਿਛਲੀ ਟ੍ਰੇਲ ਆਈਡੈਂਟੀਫਾਈ ਨਹੀਂ ਹੋ ਪਾਂਦੀ ਇਸੇ ਤਰੀਕੇ ਨਾਲ ਇਹਨਾਂ ਸ਼ੂਟਰਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਪਿੱਛੋਂ ਇਹ ਹਥਿਆਰ ਕਿੱਥੋਂ ਆਇਆ ਹੈ ਉਤਲੀ ਪੂਰੀ ਗੇਮ ਕਿੱਥੋਂ ਚੱਲਦੀ ਪਈ ਹੈ ਤੇ ਉਸ ਦਾ ਮਕਸਦ ਕੀ ਹੈ ਕਿਸੇ ਦੀ ਹੱਤਿਆ ਨੂੰ ਕਿਉਂ ਕਰਵਾਇਆ ਜਾ ਰਿਹਾ ਹੈ ਇਹਨਾਂ ਲਈ 4 ਪੈਸੇ ਕੁਝ ਲੱਖ ਰੁਪਏ ਸੁਪਾਰੀ ਦੇ ਬਦਲੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੋ ਅੰਡਰਵਰਲਡ ਦੀ ਆਪਸੀ ਗੈਂਗਵਾਰ ਦੇ ਕ੍ਰਾਸ ਫਾਇਰ ਦੇ ਵਿੱਚ ਕਬੱਡੀ ਖਿਡਾਰੀਆਂ ਦਾ ਇਸ ਤਰੀਕੇ ਨਾਲ ਆ ਜਾਣਾ ਇਹ ਸਭ ਤੋਂ ਜ਼ਿਆਦਾ ਮੰਦਪਾਗੀ ਘਟਨਾ ਹੈ ਸਭ ਤੋਂ ਜ਼ਿਆਦਾ ਅਫਸੋਸ ਇਸ ਗੱਲ ਦਾ ਹੈ ਕਿ ਇਹ ਉਹ ਖਿਡਾਰੀ ਹੈਗੇ ਨੇ ਜੋ ਕਿ ਇਸ ਦੇਸ਼ ਦੀ ਸ਼ਾਨ ਹੈਗੇ ਨੇ ਜਾਂ ਜਿਹੜੇ-ਜਿਹੜੇ ਮੁਲਕਾਂ ਦੇ ਵਿੱਚ ਇਹ ਆਪਣੀ ਖੇਡ ਦੇ ਨਾਲ ਆਪਣੇ ਪ੍ਰਦਰਸ਼ਨ ਦੇ ਨਾਲ ਆਪਣੀ ਉਸ ਡਿਸਪਲਿਨ ਦੇ ਨਾਲ ਮਾਂ ਖੇਡ ਕਬੱਡੀ ਦੀ ਸੇਵਾ ਕਰਦੇ ਨੇ ਇਹਨਾਂ ਨੂੰ ਇਹਨਾਂ ਗੈਂਗਸ ਦੀ ਗੈਂਗ ਵਾਰ ਦੇ ਵਿੱਚ ਕ੍ਰਾਸਫਾਇਰ ਦੇ ਵਿੱਚ ਪਾਇਆ ਕਿਸਨੇ ਤੇ ਕਿਸਨੇ ਪੈਣ ਦਿੱਤਾ ਜਦੋਂ ਜਿਹੜੇ ਕਬੱਡੀ ਦੇ ਖਿਡਾਰੀ ਸਨ ਇਹਨਾਂ ਨੂੰ ਧਮਕੀਆਂ ਮਿਲਦੀਆਂ ਪਈਆਂ ਸਨ ਉਸ ਵਕਤ ਇਹਨਾਂ ਨੂੰ ਕੋਈ ਪ੍ਰੋਟੈਕਸ਼ਨ ਕਿਉਂ ਨਹੀਂ ਦਿੱਤੀ ਜਾ ਸਕੀ तकरीबन ऐसे ਤਰੀਕੇ ਦਾ ਮਾਫੀਆ ਪੰਜਾਬ ਦੇ ਇੰਡਸਟਰੀ 뮤직 ਇੰਡਸਟਰੀ ਦੇ ਵਿੱਚ ਸਿਨੇਮਾ ਜਗਤ ਦੇ ਵਿੱਚ ਵੀ ਚੱਲਦਾ ਹੈ ਬਹੁਤ ਸੇ ਅਜਿਹੇ ਗੱਲਾਂ ਬਾਤਾਂ ਹੈਗੀਆਂ ਨੇ ਜੋ ਕਿ ਅੰਦਰ ਖਾਤੇ ਅੱਜ ਤੱਕ ਖੁੱਲ ਨਹੀਂ ਪਈਆਂ ਗੀਪੀ ਗਰੇਵਾਲ ਵਰਗੇ ਕੁਝ ਅਜਿਹੇ ਆਰਟਿਸਟ ਹੈਗੇ ਨੇ ਜਿਨ੍ਹਾਂ ਕੇ ਜਿਨ੍ਹਾਂ ਨੇ ਖੁੱਲ ਕੇ ਉਹਨਾਂ ਨੂੰ ਮਿਲਣ ਵਾਲੀ ਧਮਕੀਆਂ ਦੀ ਗੱਲਬਾਤ ਕੀਤੀ ਪਰਮੇਸ਼ਵਰਮਾ ਉੱਤੇ ਹਮਲਾ ਹੋਇਆ ਅਸੀਂ ਸਾਰੀਆਂ ਘਟਨਾਵਾਂ ਨੂੰ ਆਪਣੀ ਅੱਖਾਂ ਨਾਲ ਵੇਖਿਆ ਹੈ ਲੇਕਿਨ ਅੱਜ ਵੀ ਇੱਕ ਬਹੁ ਜਗਤ ਦਿੱਤੇ ਕਬੱਡੀ ਦਾ ਅਜੀਹਾ ਬਿਜ਼ਨਸ ਜਿਸ ਦੇ ਵਿੱਚ ਕਿ ਜਿਹੜੇ ਖਿਡਾਰੀ ਹੁੰਦੇ ਨੇ ਇਕੋ ਜ਼ਿਆਦਾ ਅਮੀਰ ਪਰਿਵਾਰਾਂ ਤੋਂ ਨਹੀਂ ਆਂਦੇ ਨੇ ਇਹ ਬਹੁਤ ਹੀ ਸਾਧਾਰਨ ਪਰਿਵਾਰਾਂ ਦੇ ਮਿਹਨਤਾਂ ਕਰਕੇ ਉਠੇ ਹੋਏ ਨੌਜਵਾਨ ਹੁੰਦੇ ਨੇ ਜੋ ਕਿ ਆਪਣੀ ਖੇਲ ਤੇ ਆਪਣੇ ਸਰੀਰ ਦੀ ਸ਼ਕਤੀ ਤਾਕਤ ਦੇ ਨਾਲ ਹੀ ਉਹ ਨਾਮਣਾ ਖੱਟਦੇ ਨੇ ਆਪਣੀ ਮਿਹਨਤ ਦੇ ਨਾਲ ਨਾਮਣਾ ਖੱਟਦੇ ਨੇ ਲੇਕਿਨ ਜਦੋਂ ਇਹ ਅਜਿਹੇ ਬਿਜ਼ਨਸ ਦੇ ਵਿੱਚ ਅਜਿਹੇ ਖੇਡ ਦੇ ਵਿੱਚ ਆ ਜਾਂਦੇ ਨੇ ਜੋ ਕਿ ਇੱਕ ਬਿਜ਼ਨਸ ਹੈ ਤੇ ਬਿਜ਼ਨਸ ਦੇ ਵਿੱਚ ਵੀ ਇੱਕ ਮੋਨੋਪੋਲੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੈ ਤੇ ਜਿਸ ਤਰੀਕੇ ਨਾਲ ਕਬੱਡੀ ਦੇ ਖੇਡ ਦੇ ਮੈਦਾਨ ਵਿੱਚ ਜੋ ਚਕਾਚੌਂਦ ਦਿਸ ਰਹੀ ਹੈ ਟੀਵੀ ਸਕਰੀਨਾਂ ਦੇ ਉੱਤੇ ਜਿਹੜੀਆਂ ਰੇਡਾਂ ਜਿਹੜੇ ਜਾਫੇ ਦਿਖ ਰਹੇ ਹੈਗੇ ਨੇ ਉਹਨਾਂ ਦੇ ਥੱਲੇ ਉਹਨਾਂ ਦੇ ਪਿੱਛੇ ਪਰਦੇ ਦੇ ਪਿੱਛੇ ਦੀ ਸੱਚਾਈ ਬਹੁਤ ਹੀ ਖਤਰਨਾਕ ਹੈ ਉਸ ਦੇ ਪਿੱਛੇ ਅੰਡਰਵਰਲਡ ਬੈਠਾ ਹੈ ਆਰਗੇਨਾਈਜ਼ਡ ਕ੍ਰਿਮੀਨਲ ਬੈਠੇ ਨੇ ਜੋ ਕਿ ਇਨਾਂ ਪਲੇਅਰਸ ਨੂੰ ਇਨਾਂ ਫੈਡਰੇਸ਼ਨਸ ਨੂੰ ਮੈਨੀਪੂਲੇਟ ਕਰ ਰਹੇ ਨੇ ਤੇ ਫੈਡਰੇਸ਼ਨਸ ਦੀ ਆਪਸੀ ਜਿਹੜੀ ਖਾਣਾ ਜੰਗੀ ਹੈ ਜੰਗ ਹੈ ਚੰਗੇ ਖਿਡਾਰੀਆਂ ਨੂੰ ਆਪਣੇ ਨਾਲ ਸ਼ਾਮਲ ਕਰਨ ਦੀ ਜਿਹੜੀ ਹੋੜ ਹੈ ਉਹ ਇਸ ਵਕਤ ਇੱਕ ਗੈਂਗਵਾਰ ਦੀ ਸ਼ਕਲ ਲੈਂਦੀ ਜਾ ਰਹੀ ਹੈ ਤੇ ਉਸ ਗੈਂਗਵਾਰ ਦਾ ਨਤੀਜਾ ਹੈ ਇਹ ਘਟਨਾ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਅੱਜ ਤੱਕ ਦੇ ਦੁਨੀਆ ਦੇ ਕਬੱਡੀ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਮੰਨੀ ਜਾ ਸਕਦੀ ਹੈ ਇੱਕ ਖਿਡਾਰੀ ਦੇ ਇੰਟਰਨੈਸ਼ਨਲ ਚੋਟੀ ਦੇ ਖਿਡਾਰੀ ਜੋ ਕਿ ਸਭ ਤੋਂ ਟਾਪ ਲੈਵਲ ਦਾ ਖਿਡਾਰੀ ਸੀ ਉਸ ਨੂੰ ਇਸ ਤਰੀਕੇ ਨਾਲ ਮਾਰ ਗਿਆ ਜਾਂਦਾ ਹੈ ਕਿ ਇਸ ਮੌਤ ਜਾਂ ਹੱਤਿਆ ਤੋਂ ਬਾਅਦ ਸਰਕਾਰਾਂ ਦੀ ਸਾਡੇ ਤੰਤਰ ਦੀ ਅੱਖ ਖੁੱਲੇਗੀ ਇਹ ਜਿਹੜੀ ਕਬੱਡੀ ਦਾ ਖੇਡ ਹੈ ਇਸ ਦੇ ਪਿੱਛੇ ਵਿਦੇਸ਼ਾਂ ਵਿੱਚ ਬੈਠ ਕੇ ਕਿਹੜੇ ਲੋਕ ਪੈਸਾ ਲਗਾਉਂਦੇ ਨੇ ਕਿਹੜੇ ਲੋਕ ਫੰਡਿੰਗ ਕਰ ਰਹੇ ਨੇ ਕਿ ਉਹ ਲੋਕ ਆਪਣੇ ਆਪ ਨੂੰ ਰੈਗੂਲੇਟ ਕਰਨਗੇ ਇਸ ਤਰੀਕੇ ਦੇ ਅਪਰਾਧਿਕ ਜਗਤ ਨਾਲ ਜੁੜੇ ਹੋਏ ਅੰਸਰਾਂ ਦੀ ਜਿਹੜੀ ਭੂਮਿਕਾ ਉਹਨਾਂ ਦਾ ਪੈਸਾ ਉਹਨਾਂ ਦੀ ਇਨਵੋਲਵਮੈਂਟ ਇਸ ਖੇਡ ਦੇ ਵਿੱਚ ਹੁੰਦੀ ਹੈ ਕਿਉਂਕਿ ਬਾਅਦ ਦੇ ਵਿੱਚ ਗੈਂਗਵਾਰ ਖੂਨੀ ਗੈਂਗਵਾਰ ਦੀ ਸ਼ਕਲ ਲੈਂਦੀ ਹੈ ਜਿਸ ਦੇ ਵਿੱਚ ਕਿ ਸਾਡੇ ਕਬੱਡੀ ਦੇ ਖਿਡਾਰੀ ਹੀ ਮਾਰੇ ਜਾ ਰਹੇ ਨੇ ਦੁਨੀਆ ਭਰ ਵਿੱਚ ਕਬੱਡੀ ਦੇ ਇਸ ਖੇਡ ਨਾਲ ਜੁੜੇ ਹੋਏ ਲੋਕ ਚਾਹੇ ਉਹ ਭਾਵਨਾਤਮਕ ਤੌਰ ਤੇ ਇਸ ਖੇਡ ਨਾਲ ਜੁੜੇ ਨੇ ਬਤੌਰ ਇੱਕ ਸਪੋਰਟਸਮੈਨ ਜੁੜੇ ਹੋਏ ਨੇ ਬਤੌਰ ਇੱਕ ਆਰਗੇਨਾਈਜ਼ਰ ਜੁੜੇ ਹੋਏ ਨੇ ਬਤੌਰ ਇੱਕ ਸਪான்ਸਰ ਜੁੜੇ ਹੋਏ ਨੇ ਜਾਂ ਬਤੌਰ ਇੱਕ ਫੈਡਰੇਸ਼ਨ ਜੁੜੇ ਹੋਏ ਨੇ ਉਹਨਾਂ ਸਭ ਨੂੰ ਇਹ ਸੋਚਣ ਦੀ ਲੋੜ ਹੈ ਇਵਨ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਆਪਾਂ ਸਰਕਾਰਾਂ ਤੇ ਤੰਤਰ ਨੂੰ ਐਡਾ ਦੋਸ਼ ਨਹੀਂ ਦੇ ਸਕਦੇ ਜਦੋਂ ਕਿ ਇੱਕ ਇਕਨ ਉਸ ਤੋਂ ਬਾਅਦ ਜਿਹੜੇ ਕੰਸਰਨ ਹੁੰਦੇ ਨੇ ਜਿੱਦੀ लाठी ਉਹਦੀ ਭਾਂਸ ਜਿੱਦੀ ਬੰਦੂਕ ਜਿੱਦੀ ਗੋਲੀ ਉਹਦਾ ਸਿੱਕਾ ਚੱਲਦਾ ਹੈ ਮੈਂ ਪਹਿਲਾਂ ਵੀ 6 ਮਹੀਨੇ ਪਹਿਲਾਂ ਰਿਪੋਰਟ ਕੀਤੀ ਸੀ ਤੇ ਉਸ ਤੋਂ ਬਾਅਦ ਵੀ ਇੱਕ ਟਰੈਂਡ ਕੰਟੀਨਿਊ ਹੋਇਆ ਤੇ ਇਹ ਨਹੀਂ ਪਤਾ ਸੀ ਵੀ ਇਸ ਪੱਧਰ ਉੱਤੇ ਜਿਹੜਾ ਨੁਕਸਾਨ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਐਡਾ ਵੱਡਾ ਹੋਏਗਾ ਤੇ ਜੇ ਅੱਜ ਵੀ ਅੱਖੋਂ ਪਰੋਖੇ ਕਰਤਾ ਜਾਂਦਾ ਇਸ ਗੰਭੀਰ ਘਟਨਾ ਨੂੰ ਇੱਕ ਅਪਰਾਧਿਕ ਵਾਰਦਾਤ ਜਾਂ ਗੈਂਗਵਾਰ ਦੀ ਘਟਨਾ ਸਮਝ ਕੇ ਇਸ ਗੱਲਬਾਤ ਨੂੰ ਇੱਥੇ ਹੀ ਛੱਡਤਾ ਜਾਂਦਾ ਹੈ ਦੋਚਾ ਛੋਟੇ-ਮੋਟੇ ਸ਼ੂਟਰ ਤੇ ਗੈਂਗਸਟਰਾਂ ਨੂੰ ਫੜ ਕੇ ਜੇ ਕੋਈ ਕਾਰਵਾਈ ਹੋ ਵੀ ਗਈ ਤਾਂ ਵੀ ਜੇ ਸਮਝਿਆ ਜਾਂਦਾ ਕਿ ਇਹ ਕਾਰਵਾਈ ਬਹੁਤ ਵੱਡੀ ਕਾਰਵਾਈ ਹੈ ਤਾਂ ਮੈਨੂੰ ਲੱਗਦਾ ਬਹੁਤ ਗਲਤੀ ਹੋਏਗੀ ਤੇ ਬਹੁਤ ਵੱਡਾ ਕਾਟਾ ਆਉਣ ਵਾਲੇ ਦਿਨਾਂ ਦੇ ਵਿੱਚ ਸਮਿਆਂ ਦੇ ਵਿੱਚ ਪੈਣ ਵਾਲਾ ਹੈ ਕਿਉਂਕਿ ਹੁਣ ਇਹ ਗੈਂਗਵਾਰਿਕ ਅਜੇ ਹੀ ਕਿ ਇਸਨੇ ਹੁਣ ਵਾਪਸ ਨਹੀਂ ਮੁੜਨਾ ਹੁਣ ਇਹ ਗੈਂਗਵਾਰ ਵਧੇਗੀ ਇੰਟੈਂਸੀਫਾਈ ਹੋਏਗੀ ਦੋਵੇਂ ਤਰ੍ਹਾਂ ਦਾ ਨੁਕਸਾਨ ਹੋਏਗਾ ਕਬੱਡੀ ਖਿਡਾਰੀ ਜਿਹੜੇ ਹੈਗੇ ਨੇ ਉਹ ਹਮੇਸ਼ਾ ਹੀ ਇਸ ਕ੍ਰਾਸਫਾਇਰ ਦੇ ਸੈਂਟਰ ਵਿੱਚ ਆਪਣੇ ਆਪ ਨੂੰ ਪਾਣਗੇ ਸੋ ਜਿੰਨੀਆਂ ਵੀ ਫੈਡਰੇਸ਼ਨਸ ਹੈਗੀਆਂ ਨੇ ਸਰਕਾਰਾਂ ਹੈਗੀਆਂ ਨੇ ਉਹਨਾਂ ਨੂੰ ਇਸ ਖੇਡ ਨੂੰ ਹੁਣ ਬਹੁਤ ਹੀ ਸਟ੍ਰਿਕਲੀ ਰੈਗੂਲੇਟ ਕਰਨ ਦੀ ਲੋੜ ਹੈ ਜਿੱਥੇ ਤੱਕ ਗੱਲ ਰਹੀ ਸੰਦੀਪ ਨੰਗਲ ਅੰਬੀਆਂ ਦੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਮਿੱਤਰਾਂ ਸਾਥੀਆਂ ਉਹਨਾਂ ਦੇ ਹਮਦਰਦਾਂ ਸ਼ੁਭਚਿੰਤਕਾਂ ਤੇ ਸਮੂਹ ਕਬੱਡੀ ਜਗਤ ਨੂੰ ਜਿਹੜਾ ਘਾਟਾ ਪਿਆ ਹੈ ਉਸ ਨੂੰ ਸ਼ਬਦਾਂ ਦੇ ਵਿੱਚ ਅੱਜ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਅਫਸੋਸ ਕੀਤਾ ਜਾਏ ਜਿੰਨੀ ਚਿੰਤਾ ਕੀਤੀ ਜਾਏ ਉਹ ਕੱਟ ਹੋਏਗੀ ਲੇਕਿਨ ਆ ਸਭ ਨੂੰ ਇਹੀ ਹੈ ਕਿ ਹੁਣ ਪੰਜਾਬ ਪੁਲਿਸ ਥੋੜੀ ਜੀ ਐਕਸ਼ਨ ਦੇ ਵਿੱਚ ਆਏਗੀ ਨਵੀਂ ਸਰਕਾਰ ਬਣੀ ਹੈ ਨਵੀਂ ਸਰਕਾਰ ਤੋਂ ਆਸਾਂ ਬਹੁਤ ਨੇ ਪੰਜਾਬ ਪੁਲਿਸ ਨੇ ਇਸ ਮਾਮਲੇ ਤੇ ਇੱਕ ਅਫਸਰ ਨੂੰ ਲਾਇਆ ਸੀ ਕਿ ਆ ਜਿਹੜੀ ਕਬੱਡੀ ਦੇ ਖੇਡ ਦੇ ਵਿੱਚ ਅੰਡਰਵਰਲਡ ਦੀ ਭੂਮਿਕਾ ਹੈ ਚਾਹ ਜੱਗੂ ਭਗਵਾਨਪੁਰੀਆ ਜਾਂ ਕੋਈ ਵੀ ਹੋਰ ਗੈਂਗਸਟਰ ਆਏ ਨੇ ਇਹ ਸਾਰੇ ਦੇ ਸਾਰੇ ਕੇਸ ਦੀ ਜਿਹੜੀ ਪੜਤਾਲ ਕੀਤੀ ਜਾਏ ਅੱਜ ਬੇਸ਼ੱਕ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੇ ਆਪਣੇ ਜਿਹੜੇ ਖਿਡਾਰੀ ਆ ਆਪਣੀ ਉਹਨਾਂ ਦੀ ਲੀਗ ਜਿਨ੍ਹਾਂ ਦੇ ਜਿਨ੍ਹਾਂ ਜਿਸ ਲੀਗ ਦੇ ਪਿੱਛੇ ਥਾਪੜਾ ਉਹਨਾਂ ਦਾ ਆਪਣਾ ਹੈ ਬੇਸ਼ੱਕ ਉਸ ਦੇ ਖਿਡਾਰੀ ਨੂੰ ਟਾਰਗੇਟ ਕੀਤਾ ਗਿਆ ਹੈ ਲੇਕਿਨ ਕੀ ਸਿੱਧੀ ਵਾਰੀ ਕਦੇ ਵੀ ਆ ਸਕਦੀ ਹੈ ਜੇ ਦੁੱਲਾ ਬੱਗਾ ਪਿੰਡ ਨੂੰ ਖੁਦ ਜੱਗੂ ਭਗਵਾਨਪੂਰੀਆ ਦਾ ਗੈਂਗ ਟਾਰਗੇਟ ਕਰ ਸਕਦਾ ਹੈ ਤਾਂ ਅੱਜ ਜੱਗੂ ਭਗਵਾਨਪੂਰੀਆ ਦੀ ਲੀਗ ਦੇ ਖਿਡਾਰੀਆਂ ਨੂੰ ਹੀ ਕਿਸੇ ਵਿਰੋਧੀ ਗੈਂਗ ਨੇ ਟਾਰਗੇਟ ਕੀਤਾ ਹੋ ਸਕਦਾ ਹੈ ਇੱਕ ਅਜੇ ਹੀ ਕ੍ਰਾਸ ਫਾਇਰ ਤੇ ਗੈਂਗ ਵਾਰ ਹੈ ਜਿਸ ਨੇ ਕਿਤੇ ਨਹੀਂ ਰੁਕਣਾ ਸਰਕਾਰ ਨੂੰ ਬਹੁਤ ਜ਼ਿਆਦਾ ਸ਼ਕਤੀ ਦੀ ਲੋੜ ਹੈ ਬਥੇਰੇ ਗੈਂਗਸਟਰ ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ ਜੋ ਕਿ ਇਸ ਪੂਰੀ ਵਾਰਦਾਤ ਦੇ ਨਾਲ ਰਿਮੋਟਲੀ ਵੀ ਜੁੜਦੇ ਨੇ ਉਹਨਾਂ ਨੂੰ ਬਾਹਰ ਲਿਆ ਕੇ ਰਿਮਾਂਡ ਤੇ ਲਿਆ ਕੇ ਸ਼ਕਤੀ ਦੇ ਨਾਲ ਜੇ ਪੁੱਛਗਿੱਛ ਹੁੰਦੀ ਹੈ ਇਸ ਪੂਰੀ ਦੀ ਪੂਰੀ ਬਾਰਦਾਦੀ ਕੜੀਆਂ ਜੁੜਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਡ ਦੀ ਮੈਨੇਜਮੈਂਟ ਦਾ ਜਿਹੜਾ ਮਾਡਲ ਹੈ ਉਸ ਨੂੰ ਸੰਚਾਲਿਤ ਤੇ ਰੈਗੂਲੇਟ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੈ ਸਿਰਫ ਪੰਜਾਬ ਤੇ ਭਾਰਤ ਦੀ ਗੱਲ ਨਾ ਕਰੀਏ ਇੱਥੇ ਲਾਅਨ ਆਰਡਰ ਦਾ ਵਿਸ਼ਾ ਹੋ ਸਕਦਾ ਹੈ ਇੱਥੇ ਗੈਂਗਵਾੜ ਦੇ ਵਿੱਚ ਖਿਡਾਰੀਆਂ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਲੇਕਿਨ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਚੰਗੇ ਹਾਲਾਤ ਨਹੀਂ ਨੇ ਉੱਥੇ ਵੀ ਜਿਹੜੇ ਲੋਕ ਕਬੱਡੀ ਦੀ ਖੇਡ ਨੂੰ ਪ੍ਰਮੋਟ ਕਰ ਰਹੇ ਨੇ ਪੈਸਾ ਲਾ ਰਹੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਕਿਸ ਤਰੀਕੇ ਦਾ ਪੈਸਾ ਇਸ ਖੇਡ ਦੇ ਵਿੱਚ ਉਹਨਾਂ ਟੂਰਨਾਮੈਂਟਾਂ ਦੇ ਵਿੱਚ ਸਪਾਂਸਰ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਉਹ ਲੋਕ ਮੁਨਕਰ ਨਾ ਹੋਣ ਸਿਰਫ ਕਬੱਡੀ ਦੇ ਟੂਰਨਾਮੈਂਟ ਆਯੋਜਿਤ ਕਰਾਣਾ ਸਪான்ਸਰਸ਼ਿਪ ਦੇਣਾ ਖਿਡਾਰੀਆਂ ਦੇ ਨਾਲ ਫੋਟੋਆਂ ਖਿਚਵਾਉਣਾ ਤਾਂ ਫਿਰ ਉਸ ਤੋਂ ਪ੍ਰੋਫਿਟ ਕਮਾਣਾ ਹੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਇਹ ਸਾਡੇ ਐਡੇ ਸ਼ਾਨਦਾਰ ਜਿਹੜੇ ਖਿਡਾਰੀ ਹੈਗੇ ਨੇ ਇਹਨਾਂ ਦੀ ਜ਼ਿੰਦਗੀਆਂ ਦੀ ਚਿੰਤਾ ਇਹਨਾਂ ਦੀ ਹਿਫਾਜ਼ਤ ਦੀ ਚਿੰਤਾ ਇਹ ਲੋਕ ਖੇਡ ਕੇ ਆਪਣੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਨੇ ਨਾ ਕਿ ਗੋਲੀਆਂ ਖਾ ਕੇ ਮੌਤ ਦੇ ਘਾਟ ਉਤਰਨਾ ਚਾਹੁੰਦੇ ਨੇ ਸੰਦੀਪ ਨੰਗਲ ਅੰਬੀਆਂ ਇੱਕ ਸ਼ੁਰੂਆਤ ਹੈ ਜੇ ਇਸ ਟ੍ਰੈਂਡ ਨੂੰ ਨਾ ਰੋਕਿਆ ਗਿਆ ਖੇਡ ਦੀ ਮੈਨੇਜਮੈਂਟ ਕਬੱਡੀ ਦੀ ਮੈਨੇਜਮੈਂਟ ਅਤੇ ਮੰਤਰੀ ਪਦਰ ਉੱਤੇ ਜਿਹੜੀ ਮੈਨੇਜਮੈਂਟ ਹੈ ਉਸ ਦੇ ਵਿੱਚ ਚਿੰਤਨ ਮੰਥਨ ਤੇ ਵਿਆਪਕ ਸੁਧਾਰ ਨਾ ਕੀਤੇ ਗਏ ਤਾਂ ਫਿਰ ਇਹ ਪੂਰਾ ਦਾ ਪੂਰਾ ਸਿਲਸਿਲਾ ਕਦੇ ਰੁਕੇਗਾ ਨਹੀਂ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਬੈਠ ਕੇ ਦਿਨ-ਦਹਾੜੇ ਆਪਰੇਟ ਕਰਦੇ ਨੇ ਫੋਨ ਉਹਨਾਂ ਕੋਲ ਉਪਲਬਧ ਨੇ ਨਸ਼ਾ ਉਹਨਾਂ ਕੋਲ ਉਪਲਬਧ ਹੈ ਜੇਲ੍ਹਾਂ ਦੇ ਵਿੱਚ ਬੈਠ ਕੇ ਕਤਲ ਕਰਕੇ ਵਾਰਦਾਤਾਂ ਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਸੋ ਕਿਸ ਨੂੰ ਦੋਸ਼ੀ ਮੰਨੀਏ ਸਰਕਾਰਾਂ ਨੂੰ ਤੰਤਰ ਨੂੰ ਇਹਨਾਂ ਫੈਡਰੇਸ਼ਨਾਂ ਨੂੰ ਜਿਨ੍ਹਾਂ ਨੇ ਕੀ ਇਸ ਅੰਡਰਵਰਲਡ ਦੇ ਪੈਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰਕੂਲੇਟ ਕਰਕੇ ਰੂਟ ਵੀ ਕੀਤਾ ਇਸ ਖੇਡ ਦੇ ਵਿੱਚ ਲੈ ਕੇ ਵੀ ਆਏ ਮੁਨਾਫਾ ਵੀ ਇਸ ਤੋਂ ਕਮਾਇਆ ਤੇ ਫਿਰ ਇਸ ਖੇਡ ਦੇ ਹੀ ਖਿਡਾਰੀਆਂ ਨੂੰ ਇੱਕ ਖਤਰੇ ਦੇ ਵਿੱਚ ਵੀ ਪਾਇਆ ਇਹ ਖਤਰਾ ਵੀ ਐਡਾ ਭਿਆਨਕ ਕਿ ਹੁਣ ਸਿਰਫ ਹਵਾ ਵਿੱਚ ਫਾਇਰ ਮਾਰ ਕੇ ਜਾਂ ਕਿਸੇ ਕਬੱਡੀ ਖਿਡਾਰੀ ਦੀ ਟੰਗ ਵਿੱਚ ਗੋਲੀ ਮਾਰ ਕੇ ਨਹੀਂ ਬਲਕਿ ਉਸਦੇ ਸਿਨਾ ਉੱਤੇ ਗੋਲੀਆਂ ਮਾਰ ਮਾਰ ਕੇ ਇਹ ਗੈਂਗਸਟਰ ਜਿਹੜੇ ਹੈਗੇ ਨੇ ਆਪਣੀਆਂ ਕੀੜਾਂ ਆਪਣੀਆਂ ਜਿਹੜੀਆਂ ਰੰਜਿਸ਼ਾਂ ਉਹਨਾਂ ਨੂੰ ਪੂਰਾ ਕਰ ਰਹੇ ਹੈਗੇ ਨੇ ਦੂਸਰੀ ਕਬੱਡੀ ਲੀਗ ਦਾ ਵਾਅਦਾ ਨਾ ਹੋ ਸਕੇ ਕਿਸੇ ਗੈਂਗਸਟਰ ਦੇ ਨਾਲ ਜੁੜੀ ਹੋਈ ਕਬੱਡੀ ਲੀਗ ਦੇ ਨਾਲ ਖਿਡਾਰੀ ਨਾ ਜੁੜਣ ਇਸ ਤਰੀਕੇ ਦਾ ਡਰ ਪੈਦਾ ਕਰਨ ਦੇ ਚੱਕਰ ਦੇ ਵਿੱਚ ਐਡੇ ਐਡੇ ਸ਼ਾਨਦਾਰ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ ਪੁਲਿਸ ਨੂੰ ਐਕਸ਼ਨ ਦੇ ਵਿੱਚ ਆਉਣ ਦੀ ਲੋੜ ਹੈ ਹਮੇਸ਼ਾ ਦੀ ਤਰ੍ਹਾਂ ਪੁਲਿਸ ਸੁੱਤੀ ਹੋਈ ਨਜ਼ਰ ਆ ਰਹੀ ਹੈ ਮੈਂ ਜਾਨਣਾ ਜ਼ਰੂਰ ਚਾਹਾਂਗਾ ਤੇ ਇਸ ਚੀਜ਼ ਦੀ ਕੋਖ ਵੀ ਕਰਾਂਗਾ ਆਨਾਲ ਦਿਨਾਂ ਦੇ ਵਿੱਚ ਮੈਂ ਰਿਪੋਰਟ ਲੈ ਕੇ ਆ ਸਕਾਂ ਕਿ ਉਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਸੁਰਜਨ ਸਿੰਘ ਛੱਠਾ ਹੋਣਾਂ ਦੀ ਇੱਕ ਜਥੇਬੰਦੀ ਨੇ ਦਿੱਤਾ ਸੀ ਹਾਲਾਂਕਿ ਅੱਜ ਦੀ ਜਿਹੜੀ ਪੂਰੀ ਘਟਨਾ ਹੈ ਇੱਕ ਵੱਖਰੀ ਘਟਨਾ ਹੈ ਇਸ ਦੇ ਵਿੱਚ ਤਾਂ ਉਂਗਲਾਂ ਉੱਠ ਰਹੀਆਂ ਨੇ ਉਹ ਵਿਰੋਧੀ ਗੈਂਗਸ ਦੇ ਉੱਤੇ ਜੋ ਕਿ ਅੱਜ ਜੱਗੂ ਭਗਵਾਨਪੁਰੀਏ ਤੇ ਉਸ ਦੀ ਵਰਲਡ ਲੀਗ ਕਬੱਡੀ ਵਰਲਡ ਲੀ ਕਬੱਡੀ ਤਾਂ ਖੈਰੀ ਕਲੱਗ ਲੀਗ ਹੈ ਲੇਕਿਨ ਜੱਗੂ ਭ ਉਹ ਜਿਹੜੀ ਚਿੱਠੀ ਸ਼ਿਕਾਇਤ ਕੀਤੀ ਗਈ ਸੀ ਪੰਜਾਬ ਦੇ ਡੀਜੀਪੀ ਕੋਲ ਤੇ ਉਸ ਦੇ ਉੱਤੇ ਇੱਕ ਅਫਸਰ ਨੂੰ ਨਿਯੁਕਤ ਕੀਤਾ ਗਿਆ ਸੀ ਉਸ ਪੜਤਾਲ ਦਾ ਕੀ ਹੋਇਆ ਗੱਲ ਕਿੱਥੇ ਤੁਰੀ ਠੰਡੇ ਬਸਤੀਆਂ ਦੇ ਵਿੱਚ ਆਪਾਂ ਇਸ ਤਰੀਕੇ ਦੇ ਸੰਜੀਦਾ ਮੁੱਦਿਆਂ ਨੂੰ ਕਈ ਕਈ ਸਾਲ ਪਾ ਕੇ ਰੱਖਦੇ ਹਾਂ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਟੂਰਨਾਮੈਂਟਾਂ ਦੇ ਵਿੱਚ ਦਿਨ ਦਿਹਾੜੇ ਗੈਂਗਸਟਰਾਂ ਵੱਲੋਂ ਗੋਲੀਆਂ ਚੱਲਦੀਆਂ ਨੇ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਅੱਗੇ ਪਛਦੇ ਹੋਏ ਨਜ਼ਰ ਆ ਰਹੇ ਨੇ ਕੀ ਤਸਵੀਰ ਪੰਜਾਬ ਦੇ ਵਿੱਚ ਉੱਪਰਦੀ ਹੋਈ ਨਜ਼ਰ ਆ ਰਹੀ ਹੈ ਸੋ ਅੱਜ ਦੀ ਰਿਪੋਰਟ ਦੇ ਵਿੱਚ ਤਾਂ ਇਹੀ ਗੱਲਬਾਤ ਕਰਨੀ ਸੀ ਆਉਣ ਵਾਲੀ ਰਿਪੋਰਟਾਂ ਦੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਨਵੀਆਂ ਹੋਣਗੀਆਂ ਮੈਂ ਲੈ ਕੇ ਆਵਾਂਗਾ ਲੇਕਿਨ ਫਿਲਹਾਲ ਜਿਹੜਾ ਗੈਂਗ ਜਾਂ ਜਿਹੜੇ ਗੈਂਗਸਟਰਾਂ ਦੀ ਲੀਗ ਜਗੂ ਭਗਵਾਨਪੂਰੀ ਤੇ ਲਾਰੈਂਸ ਬਿਸ਼ਨੋਗੀ ਦੇ ਖਿਲਾਫ ਹੈ ਉਹਨਾਂ ਗੈਂਗਸ ਵੱਲੋਂ ਇੱਕ ਕਰਾਇਆ ਗਿਆ ਇੱਕ ਹਮਲਾ ਹੋ ਸਕਦਾ ਹੈ ਜਿਸ ਦੇ ਵਿੱਚ ਕੀ ਨਿਸ਼ਾਨਾ ਸੰਦੀਪ ਨੰਗਲ ਅੰਬੀਆਂ ਨਾ ਹੋ ਕੇ ਨਿਸ਼ਾਨਾ ਸੀ ਵਰਲਡ ਕਬੱਡੀ ਲੀਗ ਯਾਨੀ ਕਿ ਵਰਲਡ ਲੀਗ ਕਬੱਡੀ ਜੋ ਕਿ ਜੱਗੂ ਭਗਵਾਨਪੂਰੀਏ ਵੱਲੋਂ ਬੈਕਡ ਇੱਕ ਲੀਗ ਬਣੀ ਗਈ ਹੈ ਸੋ ਇਹ ਮੋਟੀ ਮੋਟੀ ਗੱਲ ਹੈ ਅੱਗੇ ਪੁਲਿਸ ਦੀ ਤਫ਼ਤੀਸ਼ ਕੀ ਤੱਥ ਉਭਾਰਦੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਆਏਗਾ ਤਦ ਤੱਕ ਹੋਰ ਪ੍ਰਤਾਲ ਦੀ ਕੋਸ਼ਿਸ਼ ਕਰਦੇ ਹਾਂ ਹੋਰ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੇ ਕੁਝ ਨਵੀਂ ਗੱਲਬਾਤ ਨਿਕਲੀ ਤਾਂ ਤੁਹਾਡੇ ਸਾਹਮਣੇ ਫੇਰ ਲੈ ਕੇ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ ਥੈਂਕ ਯੂ ਸੋ ਮੱਚ